ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਗੱਲਾਂ ਬਾਤਾਂ ਦੀਆਂ ਬੜੀਆਂ ਹੀ ਦਿਲਚਸਪ ਨੇ। ਸਾਰੀ ਵੀਡੀਓ ਸੁਣਿਓ ਧਿਆਨ ਨਾਲ ਅਤੇ ਸ਼ੇਅਰ ਵੀ ਕਰਿਓ। ਗੱਲ ਕਰਾਂਗੇ ਸਰਦਾਰ ਦਰਸ਼ਨ ਸਿੰਘ ਫੇਰੂ ਮਾਂ ਦਾ ਮਰਨ ਵਰਤ ਅਤੇ ਉਹਨਾਂ ਦੀ ਸ਼ਹਾਦਤ ਬਾਰੇ, ਔਰ ਇਸੇ ਵੀਡੀਓ ਦੇ ਵਿੱਚ ਉਹ ਗੱਲਾਂ ਵੀ ਤੁਹਾਨੂੰ ਸੁਣਨ ਲਈ ਮਿਲਣਗੀਆਂ ਜਿਹੜੀਆਂ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀਆਂ ਹੋਣੀਆਂ। ਸੋ ਇੱਕ ਨਵੀਂ ਜਾਣਕਾਰੀ ਤੁਹਾਨੂੰ ਦੇਣ ਲੱਗੇ ਆਪਾਂ। ਸੋ ਵੀਡੀਓ ਸਾਰੀ ਸੁਣਿਓ ਅਤੇ ਸ਼ੇਅਰ ਵੀ ਕਰਿਓ। ਤਾਂ ਦੋਸਤੋ, ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਬਾਨੀਆਂ ਵਿੱਚੋਂ ਇੱਕ ਪੁਰਾਤਨ ਜਥੇਦਾਰ ਸਨ, ਔਰ ਗੁਰਦੁਆਰਾ ਸੁਧਾਰ ਲੈਣ ਸਮੇਂ ਸਾਰੀ ਸਰਗਰਮ ਸਿੱਖ ਸਿਰਫ ਅਕਾਲੀ ਦਲ ਜਾਂ ਚੀਫ ਖਾਲਸਾ ਦੀਵਾਨ ਨਾਲ ਜਾਂ ਕਿਸੇ ਨਾ ਕਿਸੇ ਸਥਾਨਕ ਕਿਸਮ ਦੀ ਸਿੰਘ ਸਭਾ ਨਾਲ ਸੰਬੰਧਿਤ ਹੁੰਦੇ ਸੀ। ਤਾਂ ਕਾਂਗਰਸ ਦਾ ਤਾਂ ਉਹਨਾਂ ਸਮਿਆਂ 'ਚ ਸਿੱਖ ਜਗਤ ਵਿੱਚ ਕੋਈ ਨਾਂ ਨਿਸ਼ਾਨ ਵੀ ਨਹੀਂ ਹੁੰਦਾ ਸੀ। ਕਾਂਗਰਸ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਸਿੱਖਾਂ ਨਾਲ ਹਮਦਰਦੀ ਦਿਖਾਈ ਸੀ। ਇਸ ਤਰ੍ਹਾਂ ਹਮਦਰਦੀ ਦੇ ਲਾਰਿਆਂ 'ਚ ਗੁਰਦੁਆਰਾ ਸੁਧਾਰ ਲਹਿਰ ਦੇ ਨੇਤਾ ਪੂਰੀ ਤਰ੍ਹਾਂ ਹੀ ਕਾਂਗਰਸ ਵੱਲ ਅਲਾਰੂ ਹੋ ਗਏ। ਇਹਦਾ ਨਤੀਜਾ ਇਹ ਹੋਇਆ ਕਿ ਕਾਂਗਰਸ ਨੂੰ ਸਿੱਖ ਜਗਤ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਨੇਤਾ ਅਤੇ ਵਰਕਰ ਮਿਲਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਸਿੱਖ ਲੀਗ ਇਹਨਾਂ ਕਾਂਗਰਸੀ ਸਿੱਖਾਂ ਨੇ ਬਣਾਈ ਸੀ। ਬਾਬਾ ਖੜਕ ਸਿੰਘ ਇਹਦੇ ਬਾਨੀਆਂ ਵਿੱਚੋਂ ਸੀ। ਫਿਰ ਸਿੱਖਾਂ ਦਾ ਝਬਾਲੀਆ ਘਰਾਣਾ ਕਾਂਗਰਸ ਨਾਲ ਰਲ ਗਿਆ। ਬਸ ਫਿਰ ਕੀ ਸੀ, ਸਿੱਖਾਂ ਨੂੰ ਕਾਂਗਰਸ ਦੇ ਰੂਪ 'ਚ ਇੱਕ ਐਸੀ ਤਕੜੀ ਜਥੇਬੰਦੀ ਮਿਲ ਗਈ ਸੀ ਜਿਹੜੀ ਵੀ ਸਿੱਖ ਨੇਤਾ ਦੀ ਅਕਾਲੀ ਲੀਡਰ ਨਾਲ ਸੁਰ ਨਹੀਂ ਸੀ ਮਿਲਦੀ, ਉਹ ਉਦੋਂ ਹੀ ਕਾਂਗਰਸ ਵਿੱਚ ਸ਼ਾਮਲ ਹੋ ਜਾਂਦਾ ਸੀ। ਤਾਂ ਸਿੱਖੀ ਵਿੱਚ ਸਾਰੇ ਹੀ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਸੀ। ਅਜਿਹੇ ਦੌਰ 'ਚ ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਵੀ ਕਾਂਗਰਸ ਦੀਆਂ ਮੂਲੀਆ ਸਫ਼ਾ 'ਚ ਰਹਿ ਕੇ ਚੱਲਣ ਵਾਲੇ ਨੇਤਾ ਸੀ। ਉਹਨਾਂ ਸਮਿਆਂ 'ਚ ਕਾਂਗਰਸ ਨੂੰ ਇਨਕਲਾਬੀ ਜਥੇਬੰਦੀ ਸਮਝਿਆ ਜਾਂਦਾ ਸੀ। ਦਰਸ਼ਨ ਸਿੰਘ ਫੇਰੂ ਮਾਨ ਦਾ ਜਨਮ ਜ਼ਿਲ੍ਹਾ ਫੇਰੂ ਮਾਨ ਦੇ ਪਿੰਡ ਫੇਰੂ ਮਾਨ 'ਚ ਸਰਦਾਰ ਚੰਦਾ ਸਿੰਘ ਦੇ ਘਰੇ ਮਾਤਾ ਰਾਜ ਕੌਰ ਦੇ ਕੁੱਖੋਂ 1 ਅਗਸਤ ਸੰਨ 1886 ਈਸਵੀ ਨੂੰ ਹੋਇਆ। ਉਹ ਮਾਤਾ ਪਿਤਾ ਦਾ ਇਕਲੌਤਾ ਪੋਤੇ ਸੀ। ਚੰਦਾ ਸਿੰਘ ਚੰਗੇ ਕਾਰੋਬਾਰੀ ਸਰਦਾਰ ਸਨ, ਪਰ ਜੱਟ ਜ਼ਿਮੀਂਦਾਰ ਸੀ। ਇਸ ਲਈ ਉਹਨਾਂ ਨੇ ਆਪਣੇ ਪੁੱਤਰ ਦੀ ਪਾਲਣਾ ਪੋਸ਼ਣਾ ਅਤੇ ਮੁੱਢਲੀ ਪੜ੍ਹਾਈ ਲਿਖਾਈ ਪੂਰੇ ਚਾਵਾਂ ਅਤੇ ਮਲਾਰਾਂ ਨਾਲ ਕਰਵਾਈ। ਤਾਂ ਮੁੱਢਲੀ ਵਿੱਦਿਆ ਨੇੜੇ ਦੇ ਸਕੂਲ ਬਾਬਾ ਬਕਾਲਾ ਵਿਖੇ ਪ੍ਰਾਪਤ ਕੀਤੀ ਇਹਨਾਂ ਨੇ, ਔਰ ਉਚੇਰੀ ਵਿੱਦਿਆ ਜਲੰਧਰ ਦੇ ਹਾਈ ਸਕੂਲ ਤੋਂ ਇਹਨਾਂ ਨੇ ਪ੍ਰਾਪਤ ਕੀਤੀ। ਦਰਸ਼ਨ ਸਿੰਘ ਫੇਰੂ ਮਾਨ ਮੁੱਢ ਤੋਂ ਹੀ ਚੁਸਤ ਦਰੁਸਤ ਅਤੇ ਹੁੰਦੜਹੇਲ ਸੀ। ਇਸ ਕਰਕੇ ਉਹ 11 ਨੰਬਰ ਰਸਾਲੇ 'ਚ ਭਰਤੀ ਹੋ ਗਿਆ। ਇਸ ਰਸਾਲੇ ਨੂੰ ਸਿੰਧ ਹੌਰਸ ਕਿਹਾ ਜਾਂਦਾ ਸੀ। ਮਾਝੇ ਦੇ ਲੋਕ ਅਤੇ ਹੋਰ ਸਿੱਖ ਨੇਤਾ ਸਰਦਾਰ ਊਧਮ ਸਿੰਘ ਨਾਗੋਕੇ ਵਾਲੇ ਵੀ ਇਸੇ ਸਿੰਧ ਹੌਰਸ ਰਸਾਲੇ 'ਚ ਭਰਤੀ ਸੀ। ਤਾਂ ਇਸ ਰਸਾਲੇ ਨੂੰ ਸਰ ਚਾਰਲਸ ਨੇਪੀਅਰ ਨਾਂ ਦੇ ਅੰਗਰੇਜ਼ ਕਮਾਂਡਰ ਨੇ ਖੜਾ ਕੀਤਾ ਸੀ। ਫੇਰੂ ਮਾਨ ਨੇ ਇਹਦੇ ਵਿੱਚ 3 ਸਾਲਾਂ ਤੱਕ ਕੰਮ ਕੀਤਾ। ਸਪਸ਼ਟ ਹੈ ਕਿ ਅਜਿਹੇ ਰਸਾਲੇ 'ਚ ਟ੍ਰੇਨਿੰਗ ਲੈਣ ਕਰਕੇ ਫੇਰੂ ਮਾਨ ਇੱਕ ਪੂਰੇ ਜਾਬਤੇ ਵਾਲਾ ਅਤੇ ਪਰਪੱਕ ਸਿੱਖਿਅਤ ਸੈਨਿਕ ਬਣ ਗਿਆ ਸੀ। ਇੱਕ ਜਾਬਤੇਦਾਰ ਅਤੇ ਸਿੱਖਿਅਕ ਸੈਨਿਕ ਦਾ ਜੀਵਨ ਵੀ ਆਪਣੀ ਹੀ ਕਿਸਮ ਦਾ ਇੱਕ ਮਰਿਆਦਾ 'ਚ ਪਰੋਇਆ ਹੋਇਆ ਹੁੰਦਾ। ਤਾਂ ਵਿਸਾਖੀ 1919 ਵਾਲੇ ਦਿਨ ਅੰਮ੍ਰਿਤਸਰ 'ਚ ਜਲ੍ਹਿਆਂਵਾਲੇ ਬਾਗ ਦਾ ਇੱਕ ਐਸਾ ਸਾਕਾ ਹੋਇਆ ਸੀ ਜਿਹਨੇ ਸਾਰੀ ਸਿੱਖ ਕੌਮ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ। ਤਾਂ ਇਸ ਸਾਕੇ 'ਚ ਮਰਨ ਵਾਲੇ ਬਹੁਤੇ ਸਿੱਖੇ ਸਨ, ਕਿਉਂਕਿ ਉਹ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਅੰਮ੍ਰਿਤਸਰ ਸਰੋਵਰ 'ਚ ਦਰਸ਼ਨ ਇਸ਼ਨਾਨ ਕਰਨ ਲਈ ਆਏ ਹੋਏ ਸਨ। ਤਾਂ ਬਾਗ ਦੇ ਵਿੱਚ ਕਾਂਗਰਸੀ ਨੇਤਾਵਾਂ ਦਾ ਰੌਲਾ ਸੁਣ ਕੇ ਪਿੰਡਾਂ ਦੀਆਂ ਸਿੱਖ ਸੰਗਤਾਂ ਉੱਧਰ ਬਾਗ ਵਿੱਚ ਚਲੇ ਗਈਆਂ। ਜਦੋਂ ਉਹਨੂੰ ਉੱਥੇ ਜਨਰਲ ਡਾਇਰ ਆਪਣੀ ਪੁਲਿਸ ਲੈ ਕੇ ਪਹੁੰਚਿਆ ਸੀ ਤਾਂ ਕਾਂਗਰਸੀ ਨੇਤਾ ਲੋਕ ਤਾਂ ਚੋਰ ਮੋਰੀਆਂ ਰਾਹੀਂ ਸਾਰੇ ਹੀ ਭੱਜ ਗਏ, ਕਿਉਂਕਿ ਉਹਨਾਂ ਨੂੰ ਸਭ ਕੁਝ ਪਤਾ ਸੀ। ਪਰ ਭੋਲੀ ਭਲੀ ਸਿੱਖ ਜਨਤਾ ਜਿਹਨੂੰ ਕੁਝ ਵੀ ਪਤਾ ਨਹੀਂ ਸੀ, ਬਾਗ ਦੇ ਵਿੱਚ ਜਨਰਲ ਡਾਇਰ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਈ। ਮਸਲਾ ਸਾਰਾ ਹੀ ਸਿੱਖਾਂ ਨਾਲ ਸੰਬੰਧਿਤ ਹੋ ਗਿਆ। ਕਾਂਗਰਸ ਨੂੰ ਮਸਾਂ ਮਸਾਂ ਇੱਕ ਐਸਾ ਮਸਲਾ ਮਿਲਿਆ ਸੀ
ਜਿਹਦੇ ਸਿਰ 'ਤੇ ਉਹ ਪੰਜਾਬ 'ਚ ਆਪਣੀਆਂ ਕਾਰਵਾਈਆਂ ਚਲਾ ਸਕਦੀ ਸੀ। ਸਿੱਖ ਨੇਤਾ ਜਿੰਨਾ ਵੀ ਇਸ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਸਨ, ਕਾਂਗਰਸੀ ਅਤੇ ਰੌਲਾ ਪਾਊ ਲੋਕ ਇਸ ਮਸਲੇ ਨੂੰ ਓਨਾ ਜ਼ਿਆਦਾ ਭੜਕਾ ਰਹੇ ਸੀ ਤਾਂ ਸਾਰਾ ਪ੍ਰਿੰਟ ਮੀਡੀਆ ਕਾਂਗਰਸ ਦੇ ਹੱਥਾਂ ਵਿੱਚ ਸੀ। ਸਿੱਟੇ ਵਜੋਂ ਕਾਂਗਰਸ ਨੇ ਜਲ੍ਹਿਆਂਵਾਲੇ ਬਾਗ ਦੇ ਮਾਮਲੇ ਨੂੰ ਇੰਨਾ ਵਧਾ ਦਿੱਤਾ ਸੀ ਕਿ ਇਹਨੇ ਸਾਰੀ ਸਿੱਖ ਕੌਮ ਨੂੰ ਹੀ ਆਪਣੀ ਲਪੇਟ 'ਚ ਲੈ ਲਿਆ। ਅਕਾਲੀਆਂ ਦੀ ਅਜੇ ਤੱਕ ਕੋਈ ਵੀ ਜਥੇਬੰਦੀ ਨਹੀਂ ਸੀ, ਇਸ ਲਈ ਪੰਜਾਬ ਦਾ ਸਾਰਾ ਸਿਆਸੀ ਮੈਦਾਨ ਕਾਂਗਰਸ ਦੇ ਹੱਥਾਂ ਵਿੱਚ ਚਲਾ ਗਿਆ। ਕਾਂਗਰਸ ਦੇ ਪਿੱਛੇ ਲੱਗਣ ਵਾਲੇ ਬਾਬਾ ਖੜਕ ਸਿੰਘ ਵਰਗੇ ਸਿੱਖ ਲੀਗੀ ਸਨ। ਸਿੱਟੇ ਵਜੋਂ ਸਾਰਾ ਸਿੱਖ ਯੂਥ ਕਾਂਗਰਸ ਵੱਲ ਉਲਾਰ ਹੋ ਗਿਆ ਸੀ। ਇਹਨਾਂ ਵਿੱਚ ਜਥੇਦਾਰ ਊਧਮ ਸਿੰਘ ਨਾਗੋਕੇ, ਸਰਦਾਰ ਦਰਸ਼ਨ ਸਿੰਘ ਫੇਰੂਮਨ ਵਰਗੇ ਪੂਰੇ ਸਿੱਖਿਅਤ ਸਿੱਖ ਨੌਜਵਾਨ ਸੈਨਿਕ ਵੀ ਕਾਂਗਰਸ ਵੱਲ ਖਿੱਚੇ ਗਏ ਸੀ। ਜਥੇਦਾਰ ਊਧਮ ਸਿੰਘ ਨਾਗੋਕੇ ਦਰਸ਼ਨ ਸਿੰਘ ਫੇਰੂਮਨ ਨਾਲੋਂ ਉਮਰ 'ਚ 2 ਸਾਲ ਵੱਡੇ ਸੀ। ਉਹਦੀ ਅਗਵਾਈ ਵਿੱਚ ਕ੍ਰਾਂਤੀਕਾਰੀ ਸਿੱਖ ਨੌਜਵਾਨਾਂ ਦਾ ਇੱਕ ਤਕੜਾ ਜਥਾ ਕਾਂਗਰਸ ਵਿੱਚ ਰਲ ਕੇ ਕਾਰਵਾਈਆਂ ਕਰਨ ਲਈ ਤਿਆਰ ਹੋ ਗਿਆ ਤਾਂ ਅੰਮ੍ਰਿਤ ਤਾਂ ਇਹਨਾਂ ਨੌਜਵਾਨਾਂ ਨੇ ਰਸਾਲੇ ਵਿੱਚ ਭਰਤੀ ਹੋਣ ਸਮੇਂ ਛਕ ਲਿਆ ਸੀ। ਇਹਨਾਂ ਨੇ ਬਿਆਸ ਖੇਤਰ 'ਚ ਗੁਰੂ ਤੇਗ ਬਹਾਦਰ ਅਕਾਲੀ ਜਥਾ ਬਣਾ ਕੇ ਆਪਣੀਆਂ ਕਾਰਵਾਈਆਂ ਸ਼ੁਰੂ ਕਰਤੀਆਂ। ਜਦੋਂ 1920 'ਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਇਹੀ ਨੌਜਵਾਨ ਜਥਾ ਗੁਰਦੁਆਰਾ ਸੁਧਾਰ ਲਹਿਰ 'ਚ ਕੁੱਦ ਪਿਆ। ਫਿਰ ਜਦੋਂ ਦਸੰਬਰ 1920 'ਚ ਅਕਾਲੀ ਦਲ ਬਣਿਆ ਤਾਂ ਇਹ ਨੌਜਵਾਨ ਜਥਾ ਅਕਾਲੀ ਦਲ ਦੀਆਂ ਮੋਹਰੀਆਂ ਸਫਾਂ 'ਚ ਖੜ੍ਹਾ ਹੋ ਗਿਆ ਸੀ। ਇਹ ਜਥਾ ਸਮੁੱਚੀ ਗੁਰਦੁਆਰਾ ਸੁਧਾਰ ਲਹਿਰ 'ਚ ਪੂਰੀ ਤਰ੍ਹਾਂ ਸਰਗਰਮ ਰਿਹਾ ਸੀ। ਇਹਨਾਂ ਨੇ ਮੋਰਚਿਆਂ 'ਚ ਪੁਲਿਸ ਦੀਆਂ ਡਾਂਗਾਂ ਵੀ ਖਾਧੀਆਂ ਸੀ, ਜੇਲ੍ਹਾਂ ਵੀ ਭੁਗਤੀਆਂ ਸੀ ਅਤੇ ਰੂਹ ਪੋਸ਼ ਹੋ ਕੇ ਹੋਰ ਕੰਮ ਵੀ ਕੀਤੇ ਸੀ। ਜੈਤੋਂ ਦੇ 14ਵੇਂ ਜਥੇ ਵਿੱਚ ਫੇਰੂਮਨ ਸਾਹਿਬ ਸ਼ਾਮਲ ਹੋਏ ਸੀ। ਮਤਲਬ ਕਿ ਜਿਸ ਤਰ੍ਹਾਂ ਜਥੇਦਾਰ ਊਧਮ ਸਿੰਘ ਨਾਗੋਕੇ ਔਰ ਜਥੇਦਾਰ ਦਰਸ਼ਨ ਸਿੰਘ ਫੇਰੂਮਨ ਨੇ ਆਪਣੇ ਆਪ ਨੂੰ ਰਸਾਲੇ ਵਿੱਚ ਰਹਿ ਕੇ ਇੱਕ ਜਾਪਤੇਦਾਰ ਜੀਵਨ 'ਚ ਢਾਲ ਲਿਆ ਸੀ, ਬਿਲਕੁਲ ਉਸੇ ਤਰ੍ਹਾਂ ਇਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ 'ਚ ਵੀ ਆਪਣੇ ਆਪ ਨੂੰ ਪੰਥ ਦੇ ਅੰਗ ਸੰਗ ਹੀ ਰੱਖਿਆ ਸੀ। ਉਸ ਸਮੇਂ ਅਕਾਲੀਆਂ ਦਾ ਆਪਣਾ ਤਾਂ ਕੋਈ ਪੰਥਕ ਆਜ਼ਾਦੀ ਦਾ ਪ੍ਰੋਗਰਾਮ ਹੈ ਨਹੀਂ ਸੀ, ਇਸ ਲਈ ਉਹ ਆਪਣਾ ਸਾਰਾ ਜ਼ੋਰ ਕਾਂਗਰਸ ਦੀ ਹਮਾਇਤ ਕਰਨ ਵਿੱਚ ਲਾ ਰਹੇ ਸੀ। ਇਸ ਗੱਲ ਨੇ ਸਿੱਖ ਨੌਜਵਾਨਾਂ ਨੂੰ ਕਾਂਗਰਸ ਵੱਲ ਹੀ ਉਲਾਰ ਕਰਤਾ। 1947 ਦੇ ਨੇੜੇ ਜਾ ਕੇ ਸਿੱਖ ਪੂਰੀ ਤਰ੍ਹਾਂ ਕਾਂਗਰਸ ਨਾਲ ਰਲ ਗਏ ਸੀ, ਇਸ ਲਈ ਸਮੁੱਚਾ ਅਕਾਲੀ ਦਲ ਵੀ ਕਾਂਗਰਸ ਦੇ ਪਿੱਛੇ ਹੀ ਖੜ੍ਹਾ ਸੀ। ਇਸ ਤਰ੍ਹਾਂ ਸਿੱਖਾਂ ਦੇ ਵੱਡੇ ਵੱਡੇ ਨੇਤਾ ਕਾਂਗਰਸ ਵਿੱਚ ਸ਼ਾਮਲ ਹੋ ਕੇ ਚੱਲ ਰਹੇ ਸਨ। ਜਥੇਦਾਰ ਊਧਮ ਸਿੰਘ ਅਤੇ ਦਰਸ਼ਨ ਸਿੰਘ ਫੇਰੂਮਾਨ ਇਹਨਾਂ ਸਿੱਖਾਂ ਦੇ ਮੋਹਰੀ ਨੇਤਾ ਸੀ। ਇਸ ਸਮੇਂ ਦੌਰਾਨ ਫੇਰੂਮਾਨ ਸਾਹਿਬ ਨੇ ਵੱਖ ਵੱਖ ਅਹੁਦਿਆਂ ਉੱਪਰ ਰਹਿ ਕੇ ਵੀ ਕੰਮ ਕੀਤਾ, ਅਹੁਦਿਆਂ ਦੀ ਜ਼ਿੰਮੇਵਾਰੀ ਵੀ ਨਿਭਾਈ। ਪੰਜਾਬੀ ਸੂਬੇ ਦੀ ਜੱਦੋ ਜਹਿਰ ਸਮੇਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਕਾਂਗਰਸੀ ਸਿੱਖਾਂ ਦੇ ਉਸ ਧੜੇ 'ਚ ਸ਼ਾਮਲ ਸੀ ਜਿਹੜਾ ਪੰਜਾਬੀ ਸੂਬੇ ਦਾ ਹਮਾਇਤੀ ਸੀ। ਉਹ ਸਰਦਾਰ ਪ੍ਰਤਾਪ ਸਿੰਘ ਕੈਰੋ ਦੀਆਂ ਪੰਜਾਬੀ ਸੂਬਾ ਵਿਰੋਧੀ ਨੀਤੀਆਂ ਨੂੰ ਚੰਗਾ ਨਹੀਂ ਸਮਝਦਾ ਸੀ। ਬਿਨਾਂ ਸ਼ੱਕ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੀ ਜਵਾਨੀ ਦਾ ਸਾਰਾ ਜੋਸ਼ ਅਤੇ ਜ਼ੋਰ ਕਾਂਗਰਸ ਵਿੱਚ ਰਹਿ ਕੇ ਹੀ ਲਾਤਾ, ਪਰ ਜਦ ਉਹ ਪੰਜਾਬੀ ਸੂਬੇ ਦੇ ਸੰਘਰਸ਼ ਸਮੇਂ ਅਕਾਲੀਆਂ ਉੱਪਰ ਪੈਂਦੀ ਕੁੱਟ ਨੂੰ ਦੇਖਦੇ ਸੀ ਅਤੇ ਬਿਨਾਂ ਵਜ੍ਹਾ ਕੇਂਦਰੀ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਕੈਰੋ ਸਰਕਾਰ ਵੱਲੋਂ ਪੰਜਾਬੀ ਬੋਲੀ ਦੀ ਵਿਰੋਧਤਾ ਨੂੰ ਦੇਖਦੇ ਸੀ ਤਾਂ ਫੇਰੂਮਾਨ ਸਾਹਿਬ ਬਹੁਤ ਦੁਖੀ ਹੁੰਦੇ ਸੀ। ਪਰ ਇਸ ਸਮੇਂ ਉਹ ਬਹੁਤ ਵੱਡੀ ਉਮਰ 83 ਸਾਲ ਦੇ ਹੋ ਗਏ ਸਨ। ਉਹਨਾਂ ਨੇ ਆਪਣੀ ਉਮਰ ਦਾ ਸਾਰਾ ਸਰਮਾਇਆ ਤਾਂ ਦੇਸ਼ ਅਤੇ ਕਾਂਗਰਸ ਦੇ ਅਰਪਣ ਕਰਤਾ ਸੀ, ਹੁਣ ਬੁੱਢੇ ਬਾਰੇ ਉਹ ਕਾਂਗਰਸ ਦੀਆਂ ਨੀਤੀਆਂ ਨੂੰ ਵੀ ਸਿੱਖਾਂ ਨੂੰ ਮਾਰਨ ਵਾਲੀਆਂ ਹੀ ਸਮਝਣ ਲੱਗ ਪਏ ਸੀ। ਕਿਉਂਕਿ ਦਰਸ਼ਨ ਸਿੰਘ ਫੇਰੂਮਾਨ ਅਜਿਹੇ ਸਿੱਖ ਨੇਤਾਵਾਂ ਵਿੱਚੋਂ ਸਨ ਜਿਨ੍ਹਾਂ ਨੇ ਹਰ ਗੱਲ ਹੀ ਪੰਥਕ ਸੋਚ ਦੇ ਤਹਿਤ ਰਹਿ ਕੇ ਕੀਤੀ ਸੀ, ਪਰ ਹਰ ਸਮੇਂ ਪੰਥਕ ਹਿੱਤਾਂ ਦੀ ਕੀਮਤ 'ਤੇ ਉਹਨਾਂ ਨੇ ਕਦੇ ਵੀ ਕਿਸੇ ਨਾਲ ਸਮਝੌਤਾ ਨਹੀਂ ਕੀਤਾ। ਉਹ ਲਗਾਤਾਰ ਪੰਥਕ ਹਿੱਤਾਂ ਲਈ ਹੀ ਸੋਚਣ ਵਾਲੇ ਸਿੱਖ ਨੇਤਾ ਸਨ। ਪੰਜਾਬੀ ਸੂਬਾ ਬਣਵਾ ਲੈਣ
ਬਿਨਾਂ ਸ਼ੱਕ ਅਕਾਲੀ ਨੇਤਾਵਾਂ ਦੀ ਬਹੁਤ ਵੱਡੀ ਪ੍ਰਾਪਤੀ ਸੀ। ਪਰ ਇਹ ਪ੍ਰਾਪਤੀ ਕਰਦਿਆਂ ਅਕਾਲੀ ਨੇਤਾਵਾਂ ਨੇ ਸਿੱਖ ਧਰਮ ਦੀ ਮਰਿਆਦਾ ਨੂੰ ਵੀ ਗਹਿਰੀਆਂ ਚੋਟਾਂ ਲਾਈਆਂ ਸੀ। ਮਿਸਾਲ ਦੇ ਤੌਰ 'ਤੇ ਅਕਾਲੀ ਨੇਤਾਵਾਂ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ, ਇਹਨੇ ਘੱਟੋ ਘੱਟ 3 ਵਾਰੀ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਮਿਸ਼ਨ ਦੀ ਪੂਰਤੀ ਹੋਣ ਤੱਕ ਮਰਨ ਵਰਤ ਰੱਖਣ ਦੀਆਂ ਅਰਦਾਸਾਂ ਕਰਕੇ ਆਪਣੇ ਮਰਨ ਵਰਤ ਰੱਖੇ ਸੀ। ਜਿਵੇਂ ਕਿ ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਦੀ ਇਜਾਜ਼ਤ ਨਾਲ ਉਹਨਾਂ ਦੇ ਹੀ ਸੀਨੀਅਰ ਮੀਤ ਪ੍ਰਧਾਨ ਸੰਤ ਫਤਿਹ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਮਨਵਾਉਣ ਲਈ ਮਿਤੀ 18 ਦਸੰਬਰ 1960 ਨੂੰ ਮਰਨ ਵਰਤ ਰੱਖਿਆ ਸੀ। ਇਹ ਮਰਨ ਵਰਤ ਉਹਨਾਂ ਨੇ 9 ਜਨਵਰੀ 1961 ਨੂੰ ਤੋੜਤਾ। ਇਹ ਵਰਤ ਤੋੜਿਆ ਭਾਵੇਂ ਸਭ ਦੀ ਸਲਾਹ ਨਾਲ ਹੀ ਗਿਆ ਸੀ, ਪਰ ਮਿਸ਼ਨ ਦੀ ਪੂਰਤੀ ਨਹੀਂ ਹੋਈ। ਫਿਰ ਮਾਸਟਰ ਤਾਰਾ ਸਿੰਘ ਨੇ ਖੁਦ 15 ਅਗਸਤ 1961 ਨੂੰ ਪੰਜਾਬੀ ਸੂਬੇ ਦੀ ਮੰਗ ਮਨਵਾਉਣ ਲਈ ਮਰਨ ਵਰਤ ਰੱਖਿਆ, ਪਰ ਇਹਨੂੰ ਵੀ 48 ਦਿਨਾਂ ਤੋਂ ਬਾਅਦ 1 ਅਕਤੂਬਰ 1961 ਨੂੰ ਤੋੜ ਦਿੱਤਾ ਗਿਆ, ਜਦੋਂ ਕਿ ਮਿਸ਼ਨ ਦੀ ਪੂਰਤੀ ਇਸ ਸਮੇਂ ਵੀ ਨਹੀਂ ਹੋਈ ਸੀ। ਇਹਦਾ ਪਿੱਛੋਂ ਬਹੁਤ ਰੌਲਾ ਪਿਆ ਸੀ। ਧਾਰਮਿਕ ਨਿਯਮਾਂ ਅਨੁਸਾਰ ਇਸ ਵਰਤ ਨੂੰ ਤੋੜਨ ਦੀ ਸਜ਼ਾ ਵੀ ਮਿਲੀ। ਫਿਰ ਪੰਜਾਬੀ ਸੂਬਾ ਬਣ ਜਾਣ ਉਪਰੰਤ ਚੰਡੀਗੜ੍ਹ ਦੀ ਪ੍ਰਾਪਤੀ ਲਈ ਸੰਤ ਫਤਿਹ ਸਿੰਘ ਨੇ 17 ਦਸੰਬਰ 1966 ਨੂੰ ਇਹ ਕਹਿ ਕੇ ਮਰਨ ਵਰਤ ਰੱਖਤਾ ਕਿ ਉਹ ਜੇਕਰ 27 ਦਸੰਬਰ 1966 ਤੱਕ ਜਿਉਂਦੇ ਰਹੇ ਅਤੇ ਚੰਡੀਗੜ੍ਹ ਵੀ ਨਾ ਉਸ ਦਿਨ ਤੱਕ ਮਿਲਿਆ ਤਾਂ ਉਹ 27 ਦਸੰਬਰ ਨੂੰ ਹੀ ਅਗਨ ਭੇਟ ਹੋ ਜਾਣਗੇ। ਇਹਦੇ ਵਿੱਚ ਇੱਕ ਬਹੁਤ ਹੀ ਹਾਸੋਹੀਣੀ ਗੱਲ ਇਹ ਵੀ ਕਰ ਦਿੱਤੀ ਗਈ ਸੀ ਕਿ ਸੰਤ ਫਤਿਹ ਸਿੰਘ ਦੇ 5 ਸਾਥੀਆਂ ਨੇ ਵੀ ਅਰਦਾਸ ਕਰਕੇ ਮਰਨ ਵਰਤ ਰੱਖ ਲਿਆ। ਔਰ ਕਿਹਾ ਗਿਆ ਸੀ ਕਿ ਇਹ 5 ਹੀ ਇੱਕ ਦਿਨ ਪਹਿਲਾਂ ਮਤਲਬ ਕਿ 26 ਦਸੰਬਰ ਨੂੰ ਅਗਨ ਭੇਟ ਹੋ ਜਾਣਗੇ। ਸਿਤਮ ਦੀ ਗੱਲ ਇਹ ਵੀ ਸੀ ਕਿ ਅਗਨ ਭੇਟ ਹੋਣ ਲਈ 2 ਅਗਨ ਕੁੰਡ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਲਗਮੀ, ਪਰ ਅਕਾਲ ਤਖਤ ਸਾਹਿਬ ਦੀ ਇਮਾਰਤ ਬੂੰਗੇ ਦੇ ਭੁਲੇਖਾ ਪਾਉਂਦੀ, ਸਿਰਫ ਬਿਲਡਿੰਗ ਉੱਪਰ ਸਮਿੰਟ ਦੇ ਬਣਾ ਲਏ ਇਹਨਾਂ ਨੇ ਅਗਨ ਕੁੰਡ। ਅਗਨ ਕੁੰਡਾਂ 'ਚ ਸੰਗਲ ਵੀ ਜੜੇ ਗਏ ਸੀ। ਕਿਹਾ ਜਾਂਦਾ ਸੀ ਕਿ ਅੱਗ ਲਾਉਣ ਸਮੇਂ ਸਰੀਰ ਨੂੰ ਇਹਨਾਂ ਸੰਗਲਾਂ ਨਾਲ ਬੰਨ ਦਿੱਤਾ ਜਾਊਗਾ ਤਾਂ ਕਿ ਅੱਗ 'ਚ ਮੱਚਦੇ ਜਿਉਂਦੇ ਸਰੀਰ ਤੜਫ ਕੇ ਬਾਹਰ ਨੂੰ ਨਾ ਬੁੜਕ ਜਾਣ। ਮਤਲਬ ਕਿ ਜਿੰਨਾ ਵੀ ਡਰਾਮਾ ਕੀਤਾ ਜਾ ਸਕਦਾ ਸੀ ਕੀਤਾ ਗਿਆ, ਪਰ ਜਦੋਂ 26 ਦਸੰਬਰ ਦਾ ਦਿਨ ਆਇਆ ਤਾਂ 5 ਮਰਜੀਵੜਿਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ 27 ਦਸੰਬਰ ਨੂੰ ਆਪਣੇ ਨੇਤਾ ਸੰਤ ਫਤਿਹ ਸਿੰਘ ਨਾਲ ਇਕੱਠੇ ਹੀ ਛੱਡਣਗੇ। ਬਸ 5 ਦੇ ਇਸੇ ਫੈਸਲੇ ਨੇ ਸਭ ਕੁਝ ਦਰਸਾ ਦਿੱਤਾ ਸੀ। 27 ਦਸੰਬਰ ਵੀ ਆ ਗਿਆ। ਨਿਯਤ ਸਮਾਂ ਦੁਪਹਿਰ 3 ਵਜੇ ਦਾ ਸੀ। ਪੰਜਾਬ ਵਿੱਚ ਸਰਕਾਰ ਵੀ ਅਕਾਲੀਆਂ ਗੁਰਨਾਮ ਸਿੰਘ ਦੀ ਸੀ। ਸ਼੍ਰੀ ਦਰਬਾਰ ਸਾਹਿਬ ਦਾ ਸਾਰਾ ਕੰਪਲੈਕਸ ਵੀ ਅਕਾਲੀਆਂ ਦੇ ਹੀ ਕਬਜ਼ੇ ਵਿੱਚ ਸੀ, ਭਾਵ ਕਿ ਪੰਜਾਬ 'ਚ ਸਭ ਕੁਝ ਕਰਨ ਵਾਲੇ ਸਿਰਫ ਅਕਾਲੀਓ ਸੀ। ਦੁਪਹਿਰੇ 3 ਵੀ ਵੱਜ ਗਏ, ਕੁਝ ਵੀ ਨਹੀਂ ਹੋਇਆ। ਐਲਾਨ ਕਰਤਾ ਕਿ ਪਾਰਲੀਮੈਂਟ ਦੇ ਸਪੀਕਰ ਹੁਕਮ ਸਿੰਘ ਕੋਈ ਪੱਕਾ ਸੁਨੇਹਾ ਲੈ ਕੇ ਪਹੁੰਚੇ ਸਨ, ਮੰਗਾਂ ਦੀ ਪੂਰਤੀ ਹੋ ਗਈ ਹੈ। ਸਾਰਾ ਪ੍ਰੋਗਰਾਮ ਖਤਮ ਉਹਦੇ ਵੇਲੇ। ਬਹੁਤ ਰੌਲਾ ਪਿਆ ਸੀ ਅੰਦਰ, ਬਥੇਰਾ ਲੜਾਈ ਝਗੜੇ ਹੋਏ, ਪਰ ਜਿਨ੍ਹਾਂ ਨੇ ਬਚਣਾ ਸੀ ਉਹ ਬਚ ਗਏ। ਇਸ ਤਰ੍ਹਾਂ ਦੀਆਂ ਅਕਾਲੀ ਡਰਾਮੇਬਾਜ਼ੀਆਂ ਨੇ ਅਕਾਲੀ ਦਲ ਦਾ ਜਲੂਸ ਤਾਂ ਕੱਢਿਆ ਹੀ ਸੀ, ਪਰ ਇਹਨਾਂ ਡਰਾਮਿਆਂ ਨੇ ਸਿੱਖ ਧਰਮ ਦੀ ਅਰਦਾਸ ਸੰਕਲਪ ਨੂੰ ਵੀ ਮਖੌਲ ਦਾ ਪੱਤਰ ਬਣਾ ਦਿੱਤਾ ਸੀ। ਦਿਲ ਤਾਂ ਅਕਾਲੀ ਵਰਕਰਾਂ ਦੇ ਵੀ ਬਹੁਤ ਦੁਖੀ ਸਨ ਅਤੇ ਹਰ ਸਿੱਖ ਦਾ ਹਿਰਦਾ ਅਜਿਹੇ ਡਰਾਮਿਆਂ ਤੋਂ ਛਲਣੀ ਛਲਣੀ ਹੋਇਆ ਪਿਆ ਸੀ। ਕੇਂਦਰੀ ਸਰਕਾਰ ਦੀਆਂ ਨਿਗਾਹਾਂ ਵਿੱਚ ਵੀ ਅਜਿਹੇ ਡਰਾਮਿਆਂ ਨੇ ਸਿੱਖ ਕੌਮ ਦੀ ਗਹਿਰ ਗੰਭੀਰਤਾ ਨੂੰ ਖੰਡਿਤ ਕਰਤਾ ਸੀ। ਕਾਂਗਰਸ ਵਿੱਚ ਬੈਠੇ ਸਿੱਖ ਨੇਤਾਵਾਂ ਨੂੰ ਮਿਹਣੇ ਸੁਣਨੇ ਪੈਂਦੇ ਸੀ। ਜਿਹੜੇ ਕਾਂਗਰਸੀ ਸਿੱਖ ਪੰਜਾਬੀ ਸੂਬੇ ਦੇ ਵਿਰੋਧੀ ਸਨ ਉਹਨਾਂ ਨੂੰ ਤਾਂ ਅਜਿਹੇ ਮਿਹਣੇ ਨਾਲ ਕੁਝ ਨਹੀਂ ਹੁੰਦਾ ਸੀ, ਪਰ ਜਿਹੜੇ ਕਾਂਗਰਸੀ ਸਿੱਖ ਪੰਜਾਬੀ ਸੂਬੇ ਦੇ ਹਮਾਇਤੀ ਸੀ ਉਹ ਬੜੇ ਦੁਖੀ ਹੁੰਦੇ ਸਨ। ਅਸਲ 'ਚ ਅਕਾਲੀ ਦਲ ਦੀ ਮਜ਼ਬੂਤੀ ਨਾਲ ਕਾਂਗਰਸੀ ਸਿੱਖਾਂ ਨੂੰ ਵੀ ਮਜ਼ਬੂਤੀ ਮਿਲਦੀ ਸੀ।
ਪਰ ਜਦੋਂ ਅਕਾਲੀ ਹੀ ਆਪਣੀ ਮਰਿਆਦਾ ਦਾ ਜਲੂਸ ਕੱਢਣੇ ਤੁਲੇ ਹੋਏ ਹੁਣ, ਫਿਰ ਕਾਂਗਰਸੀ ਸਿੱਖਾਂ ਨੇ ਤਾਂ ਲੋਕਾਂ ਦੇ ਚੁਟਕਲਿਆਂ ਅਤੇ ਮਖੌਲਾਂ ਦਾ ਸ਼ਿਕਾਰ ਹੋਣਾ ਹੀ ਸੀ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਕਾਂਗਰਸੀ ਸਿੱਖਾਂ ਵਿੱਚੋਂ ਉਹ ਸਿੱਖ ਸਨ ਜਿਨ੍ਹਾਂ ਨੇ ਇਸ ਸਭ ਕੁਝ ਨੂੰ ਸਹਿਣ ਕਰਨ ਤੋਂ ਇਨਕਾਰ ਕਰਤਾ। ਉਹਨਾਂ ਨੇ ਐਲਾਨ ਕਰਤਾ ਸੀ ਕਿ ਅਕਾਲੀਆਂ ਨੇ ਜਿਸ ਸਿੱਖ ਮਰਿਆਦਾ ਨੂੰ ਮਖੌਲਾਂ ਦੇ ਚੁਟਕਲਿਆਂ ਨਾਲ ਸ਼ਿਕਾਰ ਬਣਾ ਦਿੱਤਾ, ਉਹ ਇੱਕ ਐਸਾ ਸਾਕਾ ਵਰਤਾ ਕੇ ਦਿਖਾਉਣਗੇ ਜਿਹਦੇ ਨਾਲ ਫਿਰ ਤੋਂ ਸਮੁੱਚੀ ਲੁਕਾਈ ਨੂੰ ਵਿਸ਼ਵਾਸ ਹੋ ਜਾਏਗਾ ਕਿ ਸਿੱਖ ਆਪਣੀ ਕੀਤੀ ਹੋਈ ਅਰਦਾਸ ਲਈ ਤਿਲ ਤਿਲ ਕਰਕੇ ਕੁਰਬਾਨ ਹੋ ਸਕਦਾ। ਤਾਂ ਦੋਸਤੋ, ਜਦੋਂ ਕੋਈ ਮਰਜੀਵੜਾ ਜਜ਼ਬਾਤਾਂ ਤੋਂ ਜ਼ਖਮੀ ਹੋਇਆ ਹੁੰਦਾ ਉਦੋਂ ਉਹ ਕਿਸੇ ਖਾਨਾ ਪੂਰਤੀ ਵਿੱਚ ਨਹੀਂ ਪੈਂਦਾ। ਵਿਅਕਤੀਗਤ ਸੋਚ ਦਾ ਮਾਲਕ ਤਾਂ ਵੈਸੇ ਹੀ ਆਪਣੇ ਵਿਅਕਤੀਗਤ ਤੱਕ ਸੀਮਤ ਹੁੰਦਾ। ਇਸੇ ਤਰ੍ਹਾਂ ਫੇਰੂਮਨ ਸਾਹਿਬ ਨੇ ਵੀ ਬਿਨਾਂ ਕਿਸੇ ਫੋਰਮੈਲਿਟੀ 'ਚ ਪਏ ਦੇ, ਕਹਿ ਲਈਏ ਵੀ ਚੜ੍ਹਦੇ ਅਗਸਤ 1969 ਨੂੰ ਬਿਆਨ ਦੇ ਦਿੱਤਾ ਕਿ ਅਕਾਲੀ ਨੇਤਾਵਾਂ ਦੀਆਂ ਡਰਾਮੇਬਾਜ਼ੀਆਂ ਨੇ ਅਰਦਾਸ ਨੂੰ ਮਖੌਲ ਦਾ ਪਾਤਰ ਬਣਾ ਦਿੱਤਾ। ਇਹਨਾਂ ਨੇ ਹੁਣ ਤੱਕ ਜਿੰਨੀ ਵਾਰ ਵੀ ਮਰਨ ਵਰਤ ਰੱਖੇ ਉਹਨਾਂ ਵਿੱਚੋਂ ਕਿਸੇ ਵਿੱਚ ਵੀ ਇਹਨਾਂ ਨੇ ਆਪਣੇ ਮਿਸ਼ਨ ਦੀ ਪੂਰਤੀ ਨਹੀਂ ਕਰਵਾਈ। ਇਹ ਅਕਾਲੀ ਨੇਤਾ ਅਰਦਾਸ ਕਰਨ ਦੇ ਬਾਵਜੂਦ ਵੀ ਅਤੇ ਮਿਸ਼ਨ ਦੀ ਪੂਰਤੀ ਨਾ ਕਰਨ ਦੇ ਬਾਵਜੂਦ ਵੀ ਉਸੇ ਤਰ੍ਹਾਂ ਜਿਉਂਦੇ ਜਾਗਦੇ ਫਿਰਦੇ ਹੈ। ਸਿੱਟੇ ਵਜੋਂ ਲੋਕ ਇਹ ਕਹਿਣ ਲਈ ਮਜਬੂਰ ਹੋ ਗਏ ਨੇ ਕਿ ਅੱਜ ਦੇ ਸਿੱਖਾਂ ਨੂੰ ਆਪਣੀ ਅਰਦਾਸ ਵਿੱਚ ਵਿਸ਼ਵਾਸ ਹੀ ਨਹੀਂ। ਅਜੇ ਤੱਕ ਸਿਰਫ ਅਧੂਰਾ ਪੰਜਾਬੀ ਸੂਬਾ ਹੀ ਮਿਲਿਆ, ਨਾ ਇਹਦੀ ਰਾਜਧਾਨੀ ਸਾਨੂੰ ਮਿਲੀ ਹੈ, ਨਾ ਹੀ ਇਹਦੇ ਹੈੱਡਵਰਕਸ ਅਤੇ ਡੈਮ ਹੀ ਸਾਡੇ ਅਧਿਕਾਰ ਖੇਤਰ 'ਚ ਆਏ ਹੈ, ਨਾ ਹੀ ਸਾਰੇ ਪੰਜਾਬੀ ਬੋਲਦੇ ਖੇਤਰੇ ਪੰਜਾਬ ਨੂੰ ਮਿਲੇ ਹੈ। ਅਨੇਕਾਂ ਹੋਰ ਅਜਿਹੇ ਮੁੱਦੇ ਅਜੇ ਤੱਕ ਅਣਸੁਲਝੇ ਪਏ ਨੇ ਜਿਹੜੇ ਪਹਿਲਾਂ ਵਾਂਗ ਹੀ ਸਾਂਝੇ ਰੱਖੇ ਹੋਏ ਹੈ, ਜਿਵੇਂ ਕਿ ਸਾਂਝੀ ਹਾਈ ਕੋਰਟ ਅਤੇ ਸਾਂਝਾ ਹੀ ਗਵਰਨਰ। ਤਾਂ ਉਹ ਕਹਿੰਦਾ, ਮੈਂ ਅਕਾਲ ਪੁਰਖ ਵਾਹਿਗੁਰੂ ਨੂੰ ਅਰਦਾਸ ਕਰਕੇ ਕਹਿਣਾ ਕਿ ਜਦੋਂ ਤੱਕ ਇਹ ਸਾਰੇ ਮੁੱਦੇ ਹੱਲ ਨਹੀਂ ਹੋ ਜਾਂਦੇ ਉਦੋਂ ਤੱਕ ਮੈਂ ਮਰਨ ਵਰਤ ਰੱਖੂੰਗਾ। ਮੈਂ ਆਪਣਾ ਮਰਨ ਵਰਤ 15 ਅਗਸਤ 1969 ਤੋਂ ਰੱਖ ਦੇਣਾ। ਮੈਂ 15 ਅਗਸਤ ਨੂੰ ਜਿਸ ਤਰ੍ਹਾਂ ਦੀ ਵੀ ਸਥਿਤੀ 'ਚ ਹੋਵਾਂਗਾ ਜਾਂ ਜਿੱਥੇ ਵੀ ਹੋਵਾਂਗਾ, ਮੈਂ ਉੱਥੇ ਹੀ ਆਪਣਾ ਮਰਨ ਵਰਤ ਰੱਖ ਦਿਆਂਗਾ। ਤਾਂ ਮਰਨ ਵਰਤ ਦੌਰਾਨ ਮੈਂ ਸਿਰਫ ਨਲਕੇ ਦਾ ਤਾਜ਼ਾ ਅਤੇ ਫੋਕਾ ਪਾਣੀ ਉਹ ਪੀਊਂਗਾ। 15 ਅਗਸਤ ਨੂੰ ਮੈਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਾਜ਼ਰ ਹੋਵਾਂਗਾ ਅਤੇ ਉੱਥੇ ਅਰਦਾਸ ਕਰਕੇ ਮੈਂ ਉੱਥੇ ਹੀ ਮਰਨ ਵਰਤ ਰੱਖ ਦਿਆਂਗਾ। ਜੇਕਰ ਮੈਨੂੰ ਪੰਜਾਬ ਸਰਕਾਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਵੀ ਮੈਂ 15 ਅਗਸਤ ਨੂੰ ਜੇਲ੍ਹ ਵਿੱਚ ਮਰਨ ਵਰਤ ਰੱਖ ਦੇਣਾ। ਤਾਂ ਦਰਸ਼ਨ ਸਿੰਘ ਫੇਰੂਮਾਨ ਨੇ ਸਾਰੇ ਪ੍ਰੈਸ ਵਾਲਿਆਂ ਦੇ ਸਾਹਮਣੇ ਇੱਦਾਂ ਦਾ ਸਾਫ਼ ਅਤੇ ਸਪਸ਼ਟ ਬਿਆਨ ਦੇ ਦਿੱਤਾ। ਮੇਰੇ ਉਕਤ ਬਿਆਨ 'ਚ ਕਹਿੰਦਾ ਸ਼ਬਦਾਂ ਦਾ ਕੁਝ ਵੀ ਫਰਕ ਧਰਕ ਹੋ ਸਕਦਾ, ਪਰ ਭਾਵ ਅਰਥ ਇਹੋ ਹੀ ਸੀ। ਫੇਰੂਮਾਨ ਸਾਹਿਬ ਨੂੰ ਸ਼ਾਇਦ ਇਸ ਗੱਲ ਦੀ ਉਮੀਦ ਸੀ ਕਿ ਉਸ ਨੂੰ ਅਕਾਲੀ ਸਰਕਾਰ ਨੇ 15 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਣ ਨਹੀਂ ਦੇਣਾ ਅਤੇ ਉਹਨੂੰ ਪਹਿਲਾਂ ਹੀ ਫੜ ਲੈਣਾ। ਇਸ ਲਈ ਉਹਨਾਂ ਨੇ ਇਹ ਵੀ ਸਪਸ਼ਟ ਕਰਤਾ ਸੀ ਕਿ ਉਹ ਫੜੇ ਜਾਣ ਦੀ ਸੂਰਤ ਵਿੱਚ ਵੀ ਨਿਯਤ ਸਮੇਂ 'ਤੇ ਆਪਣਾ ਵਰਤ ਰੱਖ ਦੇਣਗੇ। ਸਾਰਾ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਕਾਲੀਆਂ ਦੇ ਕਬਜ਼ੇ ਪ੍ਰਬੰਧ ਵਿੱਚ ਸੀ। ਜਦੋਂ ਉਹ ਖੁਦ ਮਨ ਵਰਤ ਰੱਖਦੇ ਸਨ ਤਾਂ ਮਨ ਵਰਤ ਰੱਖਣ ਤੋਂ ਪਹਿਲਾਂ ਹੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਉੱਪਰਲੀਆਂ ਮੰਜ਼ਿਲਾਂ 'ਚ ਪਹੁੰਚ ਕੇ ਉੱਥੇ ਹੀ ਸੌਂਦੇ ਸਨ ਅਤੇ ਉੱਥੇ ਹੀ ਆਪਣੀਆਂ ਮੀਟਿੰਗਾਂ ਕਰਦੇ ਸਨ। ਆਪਣੀ ਮਰਜ਼ੀ ਦੇ ਕਮਰੇ ਮੱਲ ਕੇ ਉੱਥੇ ਹੀ ਮਖਮਲੀ ਕਿਸਮ ਦੇ ਗੱਦੇ ਬਿਸਤਰੇ ਲਾ ਲੈਂਦੇ ਸੀ, ਫਿਰ ਪੂਰੀ ਡਰਾਮੇਬਾਜ਼ੀ ਕਰਦੇ ਸੀ। ਡਰਾਮੇਬਾਜ਼ੀ ਕਿਵੇਂ? ਪਹਿਲਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਉਸ ਕੋਲੋਂ ਇਜਾਜ਼ਤ ਮੰਗਣੀ, ਫਿਰ ਵਰਕਿੰਗ ਕਮੇਟੀ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮਰਨ ਵਰਤ ਦੀ ਪ੍ਰਵਾਨਗੀ ਦੇਣੀ ਅਤੇ ਨਾਲ ਹੀ ਕੇਂਦਰੀ ਸਰਕਾਰ ਦੀ ਨਿਖੇਧੀ ਕਰਨੀ। ਫਿਰ ਅਕਾਲੀ ਜਥੇਦਾਰਾਂ ਦੇ ਬਿਆਨ ਆਉਣੇ ਕਿ ਜਦੋਂ ਉਹਨਾਂ ਦਾ ਪ੍ਰਧਾਨ ਸੰਤ ਫਤਿਹ ਸਿੰਘ ਮਰਤ ਵਰਤ ਦੌਰਾਨ ਹੀ ਮਰ ਗਿਆ ਜਾਂ ਅਗਨ ਕੁਟਮ ਸੜਕੇ ਮਰ ਗਿਆ।
ਫਿਰ ਕੇਂਦਰੀ ਸਰਕਾਰ ਇਹ ਨਾ ਸੋਚੇ ਕਿ ਸਭ ਕੁਝ ਸ਼ਾਂਤ ਹੋ ਜਾਊਗਾ, ਸਗੋਂ ਫਿਰ ਅਸੀਂ ਸਾਰੇ ਮਰਨ ਵਰਤ ਰੱਖਾਂਗੇ ਅਤੇ ਕੇਂਦਰੀ ਸਰਕਾਰ ਦੀ ਹੇਠਲੀ ਉੱਤੇ ਅਤੇ ਉੱਤਲੀ ਹੇਠਾਂ ਕਰ ਦੇਣਗੇ। ਇਸ ਤਰ੍ਹਾਂ ਦੇ ਅਨੇਕਾਂ ਬਿਆਨ ਅਕਾਲੀ ਮਰਨ ਵਰਤ ਸ਼ੁਰੂ ਕਰਨ ਤੋਂ ਹਫ਼ਤਾ ਤਾਂ ਪਹਿਲੇ ਦੇਣੇ ਸ਼ੁਰੂ ਕਰ ਦਿੰਦੇ ਸੀ। ਇਸ ਡਰਾਮੇਬਾਜ਼ੀ ਨਾਲ ਸੁੱਕੀ ਸੰਧੀ ਚੱਲ ਰਹੀ ਰਾਜ ਦੀ ਪ੍ਰਬੰਧਕੀ ਵਿਵਸਥਾ ਨੂੰ ਖਾਮ ਖਾ ਹੀ ਭੜਕਾ ਦਿੱਤਾ ਜਾਂਦਾ ਸੀ। ਪਰ ਜਦੋਂ ਮਰਨ ਵਰਤ ਸਮੇਂ ਨਿਯਤ ਦਿਨ ਕੁਝ ਕਰਨ ਕਰਵਾਉਣ ਵਾਲਾ ਆਉਂਦਾ ਸੀ ਤਾਂ ਉਦੋਂ ਸਾਰੇ ਜਥੇਦਾਰ ਅਤੇ ਵਰਕਿੰਗ ਕਮੇਟੀ ਮੂਤ ਦੀ ਝੱਗ ਵਾਂਗ ਕਹਿਣਾ ਸ਼ਾਂਤ ਹੋ ਜਾਂਦੇ ਸੀ। ਆਹ ਹੁਣ ਫੇਰੂ ਮਾਨ ਸਾਹਿਬ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਤੱਕ ਵੀ ਨਹੀਂ ਆਉਣ ਦੇਣ ਦਿੱਤਾ ਸੀ। ਉਹਨਾਂ ਨੂੰ 11 ਅਤੇ 12 ਅਗਸਤ ਦੀ ਰਾਤ ਨੂੰ ਉਹਦੇ ਘਰੋਂ ਗ੍ਰਿਫਤਾਰ ਕਰ ਲਿਆ। ਫੇਰੂ ਮਾਨ ਸਾਹਿਬ ਬਥੇਰਾ ਕਹਿੰਦੇ ਰਹੇ ਕਿ ਉਹਨਾਂ ਨੂੰ ਇੱਕ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਜ਼ੂਰ ਪਹੁੰਚ ਕੇ ਅਰਦਾਸ ਕਰ ਲੈਣ ਦਿਓ, ਫਿਰ ਤੁਸੀਂ ਮੈਨੂੰ ਜਿੱਥੇ ਮਰਜ਼ੀ ਲੈ ਜਿਓ। ਪਰ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਇੱਕ ਨਾ ਸੁਣੀ। ਖੈਰ, ਫੇਰੂ ਮਾਨ ਸਾਹਿਬ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ, ਪਤੰਗਿਆਂ ਨੇ ਤਾਂ ਸ਼ਮਾ ਉੱਪਰ ਕੁਰਬਾਨ ਹੀ ਹੋਣਾ ਹੁੰਦਾ ਅਤੇ ਉਹ ਇਹ ਦੇਖਣ ਲਈ ਨਹੀਂ ਜਾਂਦੇ ਕਿ ਸ਼ਮਾ ਕਿੰਨੀ ਕੁ ਤੇਜ਼ੀ ਨਾਲ ਬਲ ਰਹੀ ਹੈ ਜਾਂ ਕਿੰਨੀ ਕੁ ਘੱਟ ਗਤੀ ਨਾਲ ਬਲ ਰਹੀ ਹੈ। ਜਦੋਂ ਵਰਤ ਰੱਖ ਕੇ ਮਰ ਕੇ ਹੀ ਦਿਖਾਉਣਾ, ਫਿਰ ਜੇਲ੍ਹ ਖਾਨੇ ਵਿੱਚ ਹੋਵੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਮਰਿਆਂ ਅੰਦਰ ਪੋਲੇ ਗਦੈਲਿਆਂ ਉੱਪਰ ਹੋਵੇ, ਕੋਈ ਫਰਕ ਨਹੀਂ ਪੈਂਦਾ। ਪੋਲੇ ਗਦੈਲਿਆਂ ਉੱਪਰ ਪੈ ਕੇ ਆਪਣਾ ਮਨ ਵਰਤ ਉਹ ਦਿਖਾਉਂਦੇ ਜਿਨ੍ਹਾਂ ਨੇ ਡਰਾਮੇਬਾਜ਼ੀ ਕਰਨੀ ਹੁੰਦੀ ਹੈ ਅਤੇ ਸਰਕਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਫੇਰੂ ਮਾਨ ਦੇ ਮਨ ਵਰਤ ਦਾ ਤਾਂ ਇਹ ਮਿਸ਼ਨ ਡਰਾਮੇਬਾਜ਼ੀ ਵਾਲਾ ਤਾਂ ਹੈ ਹੀ ਨਹੀਂ ਸੀ। ਉਹਨੇ ਮਨ ਵਰਤ ਰੱਖਿਆ ਸੀ ਇਹ ਦਿਖਾਉਣ ਲਈ ਕਿ ਅਕਾਲੀ ਦਲ ਤੋਂ ਬਾਹਰ ਵੀ ਐਸੇ ਸਿੱਖ ਨੇ ਜਿਹੜੇ ਆਪਣੇ ਗੁਰੂ ਅੱਗੇ ਕੀਤੀ ਅਰਦਾਸ ਨੂੰ ਪੂਰੀ ਕਰਕੇ ਦਿਖਾ ਸਕਦੇ। ਤਾਂ ਫੇਰੂ ਮਾਨ ਸਾਹਿਬ ਨੂੰ 12 ਅਗਸਤ 1969 ਨੂੰ ਸਵੇਰੇ ਸਾਜਰੇ ਗ੍ਰਿਫਤਾਰ ਕਰ ਲਿਆ। ਫਿਰ ਵੀ ਫੇਰੂ ਮਾਨ ਸਾਹਿਬ ਨੇ 15 ਅਗਸਤ ਨੂੰ ਪੁਲਿਸ ਹਿਰਾਸਤ ਵਿੱਚ ਹੀ ਮਰਨ ਵਰਤ ਸ਼ੁਰੂ ਕਰਤਾ। ਪੁਲਿਸ ਅਫਸਰ ਅਤੇ ਕਰਮਚਾਰੀ ਜਿਹੜੇ ਆਪਣੀ ਡਿਊਟੀ ਦੇ ਬੰਨੇ ਹੋਏ ਸੀ, ਫੇਰੂ ਮਾਨ ਸਾਹਿਬ ਨੂੰ ਹੱਥ ਜੋੜ ਜੋੜ ਕੇ ਬੇਨਤੀਆਂ ਕਰ ਰਹੇ ਸਨ ਅਤੇ ਉਹਦੇ ਪੈਰ ਫੜ ਕੇ ਵੀ ਅਰਜੋਈਆਂ ਕਰ ਰਹੇ ਸਨ ਕਿ ਉਹ ਵਰਤ ਨਾ ਰੱਖਣ, ਉਹ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਭੁੱਖਾ ਰਹਿੰਦਿਆਂ ਨਹੀਂ ਦੇ ਸਕਦੇ। ਪਰ ਫੇਰੂ ਮਾਨ ਸਾਹਿਬ ਸਭ ਨੂੰ ਧੀਰਜ ਦਿੰਦੇ ਸੀ ਕਿ ਇਹਦੇ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਹੋਵੇਗਾ, ਮੈਂ ਤੁਹਾਨੂੰ ਸਭ ਨੂੰ ਇਹਨਾਂ ਦੋਸ਼ਾਂ ਤੋਂ ਬਰੀ ਕਰਦਾ, ਪਰ ਇਹ ਮੇਰਾ ਮਿਸ਼ਨ ਹੈ ਕਿ ਮੈਂ ਸਿੱਖ ਜਗਤ ਨੂੰ ਅਰਦਾਸ ਦੀ ਮਹੱਤਤਾ ਦਰਸਾਉਣੀ ਚਾਹੁੰਦਾ। ਪਿੱਛੋਂ ਉਹ ਡਿਊਟੀਆਂ ਦੇ ਰਹੇ ਪੁਲਿਸ ਕਰਮਚਾਰੀ ਬਾਹਰ ਆ ਕੇ ਗੱਲਾਂ ਦੱਸਦੇ ਹੁੰਦੇ ਸੀ ਕਿ ਉਹ ਆਪਣੇ ਅਫਸਰਾਂ ਨੂੰ ਬੇਨਤੀਆਂ ਕਰਦੇ ਸੀ ਕਿ ਉਹਨਾਂ ਨੂੰ ਉੱਥੋਂ ਬਦਲ ਦਿੱਤਾ ਜਾਵੇ, ਪਰ ਅਫਸਰ ਉਹਨਾਂ ਦੀ ਕੋਈ ਵੀ ਬੇਨਤੀ ਸੁਣਦੇ ਨਹੀਂ ਸੀ। 26 ਅਗਸਤ ਨੂੰ ਫੇਰੂ ਮਾਨ ਸਾਹਿਬ ਨੂੰ ਜੇਲ੍ਹ ਵਿੱਚੋਂ ਕੱਢ ਕੇ ਹਸਪਤਾਲ ਭੇਜਤਾ। ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਮਿਲ ਰਹੀਆਂ ਸਨ ਕਿ ਫੇਰੂ ਮਾਨ ਸਾਹਿਬ ਨੂੰ ਜ਼ਬਰਦਸਤੀ ਪਾਈਪਾਂ ਪਾ ਕੇ ਗਲੂਕੋਜ਼ ਰਾਹੀਂ ਖੁਰਾਕ ਦਿੱਤੀ ਜਾਵੇ। ਡਾਕਟਰਾਂ ਵੱਲੋਂ ਜਦੋਂ ਵੀ ਕਿਸੇ ਮਰੀਜ਼ ਨੂੰ ਪਾਈਪਾਂ ਪਾ ਕੇ ਕੋਈ ਖੁਰਾਕ ਦਿੱਤੀ ਜਾਂਦੀ ਹੈ, ਉਹਦਾ ਇੱਕ ਤਰੀਕਾ ਹੁੰਦਾ, ਮਰੀਜ਼ ਵੀ ਪੂਰੀ ਤਰ੍ਹਾਂ ਤਿਆਰ ਹੁੰਦਾ। ਪਰ ਜਿੱਥੇ ਮਰੀਜ਼ ਹੀ ਖੁਰਾਕ ਲੈਣ ਲਈ ਨੱਕ ਮੂੰਹ ਵਿੱਚ ਪਾਈਪਾਂ ਪਾਉਣ ਲਈ ਤਿਆਰ ਨਹੀਂ ਹੁੰਦਾ, ਜ਼ਰਾ ਅੰਦਾਜ਼ਾ ਲਾਓ ਉਸੇ ਮਰੀਜ਼ ਦੀ ਕੀ ਹਾਲਤ ਹੁੰਦੀ ਹੋਊਗੀ। ਜਦੋਂ ਮਰੀਜ਼ ਦੀ ਮਰਜ਼ੀ ਦੇ ਉਲਟ ਉਹਦੇ ਨੱਕ ਮੂੰਹ 'ਚ ਕਹਿ ਲਈਏ ਵੀ ਪਾਈਪਾਂ ਪਾਈਆਂ ਜਾਂਦੀਆਂ ਤਾਂ ਇਹ ਕਾਰਵਾਈ ਆਪਣੇ ਆਪ 'ਚ ਇੱਕ ਤਸੀਹਾ ਕਾਰਵਾਈ ਬਣ ਜਾਂਦੀ। ਜਦੋਂ ਤੱਕ ਫੇਰੂ ਮਾਨ ਸੁਰਤ ਵਿੱਚ ਹੁੰਦੇ ਸੀ ਉਹ ਪਾਈਪਾਂ ਪਾਉਂਦੇ ਨਹੀਂ ਸੀ, ਫਿਰ ਉਹਨਾਂ ਦੀਆਂ ਲੱਤਾਂ ਬਾਂਹ ਫੜ ਕੇ ਪਾਈਪਾਂ ਪਾਈਆਂ ਜਾਂਦੀਆਂ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਕਾਰਵਾਈ ਵਿੱਚ ਫੇਰੂ ਮਾਨ ਸਾਹਿਬ ਦੂਰੀ ਸਜ਼ਾ ਭੁਗਤ ਰਹੇ ਸੀ। ਇੱਕ ਸਜ਼ਾ ਤਾਂ ਭੁੱਖੇ ਰਹਿਣ ਵਾਲੀ ਅਤੇ ਦੂਜੀ ਸਜ਼ਾ ਬੰਦਿਆਂ ਦੁਆਰਾ ਲੱਤਾਂ ਬਾਂਹ ਫੜ ਕੇ ਮੱਲੋ ਜੋਰੀ ਪਾਈਪਾਂ ਪਾਉਣ ਵਾਲੀ। ਅਕਾਲ ਪੁਰਖ ਵੀ ਆਪਣੇ ਸ਼ਰਧਾਲੂ ਦੀ ਪ੍ਰੀਖਿਆ ਪੂਰਾ ਬੇਦਰਦ ਹੋ ਕੇ ਦੇਖ ਰਿਹਾ ਸੀ। ਧੰਨ ਹੈ ਗੁਰੂ ਅਤੇ ਧੰਨ ਹੈ ਉਹਦਾ ਸਿੱਖ। ਮਰਨ ਵਰਤ ਦੇ ਪਹਿਲੇ 15-20 ਦਿਨ ਅਕਾਲੀਆਂ ਨੇ ਫੇਰੂ ਮਾਨ ਸਾਹਿਬ ਦੀ ਹੱਦੋਂ ਵੱਧ ਬਦਨਾਮੀ ਕੀਤੀ। ਇਹ ਬਦਨਾਮੀ ਸਭ ਕਿਸਮ ਦੀ ਸਿੱਖ ਮਰਿਆਦਾ ਨੂੰ ਵੀ ਮਾਤ ਪਾ ਗਈ ਸੀ। ਜਥੇਦਾਰਾਂ ਦੇ ਅਤੇ ਖੁਰ ਸੰਤ ਫਤਿਹ ਸਿੰਘ ਦੇ ਬਿਆਨ ਆਉਂਦੇ ਸੀ ਜਿਨ੍ਹਾਂ 'ਚ ਫੇਰੂ ਮਾਨ ਨੂੰ ਅਫੀਮ 'ਚ ਹੀ ਅਮਲੀ ਆਦਿ ਕਿਹਾ ਜਾਂਦਾ ਸੀ।
ਇਹ ਵੀ ਕਹਿ ਦਿੱਤਾ ਜਾਂਦਾ ਸੀ ਕਿ ਫੇਰੂ ਮਾਂ ਨੇ ਜ਼ਿਆਦਾ ਅਫੀਮ ਖਾ ਕੇ ਐਵੇਂ ਅਫੀਮ ਦੀ ਲੋਰ ਵਿੱਚ ਮਨ ਵਰਤ ਦਾ ਐਲਾਨ ਕਰਤਾ। ਅਸਲ 'ਚ ਫੇਰੂ ਮਾਂ ਨੂੰ ਵਰਤ ਦਾ ਪਤਾ ਹੀ ਨਹੀਂ। ਕਦੇ ਕਹਿ ਦਿੱਤਾ ਜਾਂਦਾ ਸੀ ਕਿ ਅਮਲੀ ਦੀਆਂ ਹੱਡੀਆਂ 'ਚ ਅਫੀਮ ਇੰਨੀ ਬੁਰੀ ਤਰ੍ਹਾਂ ਰਚ ਜਾਂਦੀ ਹੈ ਕਿ ਉਹਨੂੰ ਭੁੱਖ 'ਤੇ ਇਹਦਾ ਪਤਾ ਨਹੀਂ ਲੱਗਦਾ, ਅਤੇ ਫੇਰੂ ਮਾਂ ਅਫੀਮ ਖਾਂਦਾ ਏ। ਔਰ ਕਦੇ ਇੱਦਾਂ ਕਹਿ ਦਿੰਦੇ ਕਿ ਇਹਦੇ ਕੋਲ ਜਿੰਨਾ ਚਿਰ ਅਫੀਮ ਰਹੂਗੀ ਇਹ ਉਨਾ ਚਿਰ ਮਰੂਗਾ ਨਹੀਂ। ਲੋਕ ਹੈਰਾਨ ਸਨ ਸਿੱਖ ਕੇ ਅਕਾਲੀ ਆਪ ਮਨ ਵਰਤ ਰੱਖਣ ਵਾਲੇ ਹੁਣ ਦੂਜੇ ਦੇ ਵਰਤ ਰੱਖਣ ਸਮੇਂ ਕਿਹੋ ਜਿਹੇ ਬਿਆਨ ਦੇ ਰਹੇ ਨੇ। ਉਸ ਸਮੇਂ ਅਕਾਲੀਆਂ ਦਾ ਆਪਣਾ ਅਖਬਾਰ ਰੋਜ਼ਾਨਾ ਕੌਮੀ ਦਰਦ ਹੁੰਦਾ ਸੀ। ਇਹਦਾ ਰੋਜ਼ਾਨਾ ਦਾ ਹੀ ਇੱਕ ਅੰਕ ਫੇਰੂ ਮਾਂ ਦੀ ਵਿਰੋਧਤਾ ਨਾਲ ਭਰਿਆ ਹੁੰਦਾ ਸੀ। ਤਾਂ ਜਿਉਂ ਜਿਉਂ ਹੁਣ ਫੇਰੂ ਮਾਂ ਸਾਹਿਬ ਦੇ ਮਨ ਵਰਤ ਦੇ ਦਿਨ ਬੀਤ ਰਹੇ ਸੀ, ਤਿਉਂ ਤਿਉਂ ਉਹਨਾਂ ਦੀਆਂ ਰਿਪੋਰਟਾਂ ਉਹਦੇ ਸਰੀਰ ਦੀ ਗੰਭੀਰ ਸਥਿਤੀ ਬਾਰੇ ਅਫਸੋਸਜਨਕ ਜਾਣਕਾਰੀ ਦਿੰਦੀਆਂ ਸਨ। ਕਦੇ ਕਦੇ ਡਾਕਟਰ ਵੱਲੋਂ ਐਸੀ ਜਾਣਕਾਰੀ ਵੀ ਮਿਲ ਜਾਂਦੀ ਸੀ ਕਿ ਫੇਰੂ ਮਾਂ ਸਾਹਿਬ ਸੁਰਤ ਆਉਣ 'ਤੇ ਆਪਣੇ ਨੱਕ ਮੂੰਹ 'ਚ ਪਾਈਆਂ ਪਾਈਪਾਂ ਨੂੰ ਬਾਹਰ ਕੱਢ ਦਿੰਦੇ ਨੇ। ਗੱਲ ਕੀ, ਸਤੰਬਰ ਦੇ ਮਹੀਨੇ 'ਚ ਪਹੁੰਚ ਕੇ ਸਭ ਲੋਕਾਂ ਨੂੰ ਹੀ ਫੇਰੂ ਮਾਂ ਸਾਹਿਬ ਦੀ ਗੰਭੀਰਤਾ ਦਾ ਪਤਾ ਲੱਗ ਗਿਆ ਸੀ। ਇਸ ਲਈ ਅਕਾਲੀਆਂ ਦੇ ਬਿਆਨ ਵੀ ਫੇਰੂ ਮਾਂ ਸਾਹਿਬ ਦੇ ਵਿਰੋਧ 'ਚ ਆਉਣੇ ਹੁਣ ਘੱਟ ਗਏ। ਹੁਣ ਅਕਾਲੀਆਂ ਨੇ ਫੇਰੂ ਮਾਂ ਦੀ ਵਿਰੋਧਤਾ ਛੱਡ ਕੇ ਇੱਕ ਨਵੀਂ ਨੀਤੀ ਧਾਰਨ ਕੀਤੀ। ਨੀਤੀ ਇਹ ਵੀ ਇਹ ਸੀ ਕਿ ਫੇਰੂ ਮਾਂ ਦੇ ਵਤਨ ਨੂੰ ਰੋਲ ਦੇਣ ਵਾਲੀ ਉਹ ਸੀ। ਅਕਾਲੀਆਂ ਵੱਲੋਂ ਬਿਆਨ ਆਉਣੇ ਸ਼ੁਰੂ ਹੋ ਗਏ ਕਿ ਉਹ ਪੰਜਾਬੀ ਸੂਬੇ ਦੀਆਂ ਕਮੀਆਂ ਨੂੰ ਪੂਰੀਆਂ ਕਰਵਾਉਣ ਲਈ ਇੱਕ ਨਵਾਂ ਅੰਦੋਲਨ ਸ਼ੁਰੂ ਕਰਨਾ ਚਾਹੁੰਦੇ। ਇਸ ਮਕਸਦ ਲਈ ਅਕਾਲੀਆਂ ਨੇ ਕਾਂਗਰਸ ਨੂੰ ਛੱਡ ਕੇ ਪੰਜਾਬ ਦੀਆਂ ਬਾਕੀ ਦੀਆਂ ਪਾਰਟੀਆਂ ਦੀ ਇੱਕ ਸਾਂਝੀ ਐਕਸ਼ਨ ਕਮੇਟੀ ਬਣਾ ਲਈ। ਐਲਾਨ ਕਰਤਾ ਕਿ ਸੰਤ ਫਤਿਹ ਸਿੰਘ ਆਪਣਾ ਮਨ ਵਰਤ ਦੁਬਾਰਾ ਸ਼ੁਰੂ ਕਰਨਗੇ ਔਰ ਕੁਝ ਦਿਨਾਂ ਪਿੱਛੋਂ ਉਹ ਅਗਨ ਭੇਟ ਹੋ ਜਾਣਗੇ। ਵੈਸੇ ਉਸ ਸਮੇਂ ਸਭ ਲੋਕਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਅਕਾਲੀ ਇਹ ਗੱਲਾਂ ਸਿਰਫ ਇਸ ਲਈ ਕਰਦੇ ਨੇ ਕਿ ਫੇਰੂ ਮਾਂ ਵੱਲੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ। ਇਸ ਲਈ ਸਾਂਝੀ ਐਕਸ਼ਨ ਕਮੇਟੀ ਨੇ ਸਖਤੀ ਨਾਲ ਸੰਤ ਫਤਿਹ ਸਿੰਘ ਨੂੰ ਮੁੜ ਤੋਂ ਅਗਨ ਭੇਟ ਕਰਨ ਦੇ ਪ੍ਰੋਗਰਾਮ ਬਣਾਉਣ ਤੋਂ ਰੋਕਤਾ। ਐਕਸ਼ਨ ਕਮੇਟੀ ਦਾ ਕਹਿਣਾ ਸੀ ਕਿ ਫੇਰੂ ਮਾਂ ਦੇ ਮਨ ਵਰਤ ਦੇ ਬਰਾਬਰ ਮਨ ਵਰਤ ਰੱਖਣ ਦਾ ਕੋਈ ਮਤਲਬ ਨਹੀਂ, ਜੇਕਰ ਕੋਈ ਕੰਮ ਕਰਨਾ ਹੀ ਹੈ ਤਾਂ ਫੇਰੂ ਮਾਂ ਸਾਹਿਬ ਦੀ ਮਦਦ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਹੁਣ ਅਕਾਲੀ ਦਲ ਦੀ ਥਾਂ 'ਤੇ ਸਾਰੇ ਅੰਦੋਲਨ ਦੀ ਵਾਗਡੋਰ ਪੰਜਾਬ ਦੀਆਂ ਸਮੂਹ ਪਾਰਟੀਆਂ ਦੀ ਇੱਕ ਸਾਂਝੀ ਕਮੇਟੀ ਦੇ ਹੱਥ ਆ ਗਈ। ਤਾਂ ਇਹ ਐਕਸ਼ਨ ਕਮੇਟੀ ਦੇ ਪਹਿਲੇ ਫੈਸਲੇ ਅਨੁਸਾਰ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਸਾਹਮਣੇ 28 ਸਤੰਬਰ 1969 ਨੂੰ 24 ਘੰਟੇ ਦਾ ਧਰਨਾ ਦਿੱਤਾ ਗਿਆ। ਇਸ ਧਰਨੇ 'ਚ ਪੰਜਾਬ ਅਸੈਂਬਲੀ ਦੇ 60 ਵਿਧਾਇਕ ਸ਼ਾਮਲ ਸੀ। ਇਸ ਤਰ੍ਹਾਂ ਪਹਿਲੀ ਵਾਰ ਪੰਜਾਬੀ ਸੂਬੇ ਨਾਲ ਇਨਸਾਫ਼ ਕਰਵਾਉਣ ਲਈ ਸਮੂਹ ਪੰਜਾਬੀਆਂ ਦਾ ਆਪਣਾ ਸਰਬ ਸਾਂਝਾ ਅੰਦੋਲਨ ਬਣ ਗਿਆ ਸੀ। ਤਾਂ ਇਸ ਨਾਲ ਸਾਂਝੀ ਕਮੇਟੀ ਨੂੰ ਹੋਰ ਤਾਕਤ ਮਿਲ ਗਈ ਸੀ। ਫੈਸਲਾ ਕੀਤਾ ਗਿਆ ਕਿ 17 ਅਕਤੂਬਰ 1969 ਨੂੰ ਸਮੂਹ ਪੰਜਾਬੀਆਂ ਵੱਲੋਂ ਚੰਡੀਗੜ੍ਹ ਵਿੱਚ ਇੱਕ ਵਿਸ਼ਾਲ ਜਲੂਸ ਕੱਢਿਆ ਜਾਊਗਾ ਤਾਂ ਕਿ ਕੇਂਦਰੀ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਸਾਰਾ ਪੰਜਾਬ ਇਕੱਠਾ ਹੋ ਗਿਆ ਅਤੇ ਆਪਣੀਆਂ ਮੰਗਾਂ ਨੇ ਪੂਰੀਆਂ ਕਰਵਾਉਣੀਆਂ। 17 ਅਕਤੂਬਰ ਨੂੰ ਇੱਕ ਬੜੀ ਹੀ ਵਿਸ਼ਾਲ ਅਤੇ ਬੇਮਿਸਾਲ ਜਲੂਸ ਮੋਹਾਲੀ ਅਤੇ ਚੰਡੀਗੜ੍ਹ ਦੀਆਂ ਸੜਕਾਂ ਤੋਂ ਕੱਢਿਆ ਗਿਆ। ਚੰਡੀਗੜ੍ਹ ਤੋਂ ਕੁਝ ਦੂਰੀ 'ਤੇ ਪਹਿਲੀ ਚੰਡੀਗੜ੍ਹ ਦੀਆਂ ਸੜਕਾਂ 'ਤੇ ਕਹਿ ਲਈ ਵੀ ਲੋਕ ਇਕੱਠੇ ਸ਼ੁਰੂ ਹੋਣੇ ਹੋ ਗਏ ਔਰ ਲੋਕਾਂ ਨੂੰ ਮੋਹਾਲੀ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ। ਇੱਥੋਂ ਪੂਰੇ ਜਾਬਤੇ ਅੰਦਰ ਚੰਡੀਗੜ੍ਹ ਜਲੂਸ ਕੱਢਿਆ ਜਾਣਾ ਸੀ। ਇਸ ਦਿਨ ਪੰਜਾਬ ਦੇ ਸਮੂਹ ਪੰਜਾਬੀ ਅਖਬਾਰਾਂ ਨੇ ਆਪੋ ਆਪਣੇ ਇਸ ਅੰਕ ਚੰਡੀਗੜ੍ਹ ਦੀ ਜਾਣਕਾਰੀ ਦੇਣ ਵਾਲੀ ਕੱਢੇ ਸੀ। ਇੱਕ ਨਾਰਾ ਸਾਰੇ ਪਾਸੇ ਗੂੰਜ ਰਿਹਾ ਸੀ ਕਿ ਖਿੜਿਆ ਫੁੱਲ ਪੰਜਾਬ ਦਾ, ਚੰਡੀਗੜ੍ਹ ਪੰਜਾਬ ਦਾ। ਤਾਂ ਸਾਰੇ ਜਲੂਸ ਵਿੱਚ ਫੇਰੂ ਮਾਨ ਸਾਹਿਬ ਦੀਆਂ ਆਦਮਕਦ ਤਸਵੀਰਾਂ ਕੱਢੀਆਂ ਹੋਈਆਂ ਸੀਗੀਆਂ। ਜਲੂਸ ਦੇ ਇਕੱਠ ਵੱਲ ਦੇਖ ਕੇ ਇਉਂ ਲੱਗਦਾ ਸੀ ਕਿ ਜਿਵੇਂ ਸਾਰਾ ਪੰਜਾਬ ਹੀ ਆਪਣੇ ਘਰਾਂ 'ਚੋਂ ਨਿਕਲ ਕੇ ਮੋਹਾਲੀ ਚੰਡੀਗੜ੍ਹ ਪਹੁੰਚ ਗਿਆ ਹੋਵੇ। ਆਮ ਜੇ ਅੰਦਾਜ਼ਿਆਂ ਮੁਤਾਬਕ 3 ਤੋਂ 5 ਲੱਖ ਤੱਕ ਲੋਕਾਂ ਦੀ ਗਿਣਤੀ ਅੰਦਾਜੀ ਗਈ ਸੀ। ਇਸ ਵਿੱਚ ਹਰ ਪਾਰਟੀ ਦੇ ਵਰਕਰ ਸ਼ਾਮਲ ਸੀ। ਪਾਰਟੀਆਂ ਨੇ ਆਪੋ ਆਪਣੀ ਗੱਡੀਆਂ 'ਤੇ ਆਪਣੀਆਂ ਆਪਣੀਆਂ ਝੰਡੇ ਝੰਡੀਆਂ ਲਾਈਆਂ ਹੋਈਆਂ ਸੀ। ਸਾਂਝੀ ਐਕਸ਼ਨ ਕਮੇਟੀ ਨੇ
ਚੰਡੀਗੜ੍ਹ ਪਹੁੰਚ ਕੇ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਨੂੰ ਆਪਣੀ ਮੰਗ ਦਾ ਪੱਤਰ ਪੇਸ਼ ਕੀਤਾ। ਬਨੂੜ ਤੋਂ ਲੈ ਕੇ ਲਾਂਡਰਾਂ ਖਰੜ ਸੜਕ ਉੱਪਰ, ਦੂਜੇ ਪਾਸੇ ਬਨੂੜ ਤੋਂ ਲੈ ਕੇ ਜੀਰਕਪੁਰ ਚੰਡੀਗੜ੍ਹ ਸੜਕ ਉੱਪਰ ਲੋਕ ਸਮੂਹ ਨਾਰੇ ਮਾਰਦਾ ਹੀ ਨਜ਼ਰ ਆ ਰਿਹਾ ਸੀ। ਉਹ ਦਿਨ ਦੀ ਸਾਰੀ ਸੜਕੀ ਆਵਾਜਾਈ ਬੰਦ ਹੋ ਕੇ ਰਹਿ ਗਈ। ਹੁਣ ਅੱਗੇ ਵੱਖ ਵੱਖ ਲੀਡਰਾਂ ਵੱਲੋਂ ਸਲਾਹਾਂ ਦੇਣੀਆਂ ਸ਼ੁਰੂ ਹੋ ਗਈਆਂ ਸੀ ਕਿ ਸੰਤ ਫਤਿਹ ਸਿੰਘ ਨੂੰ ਫੇਰੂ ਮਨ ਸਾਹਿਬ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਸੰਤ ਫਤਿਹ ਸਿੰਘ ਇਸ ਕੰਮ ਲਈ ਤਿਆਰ ਨਹੀਂ ਹੋਇਆ, ਪਰ ਅਕਤੂਬਰ ਦੇ ਆਖਰੀ ਹਫ਼ਤੇ ਵਿੱਚ ਜਦੋਂ ਹਸਪਤਾਲ ਦੇ ਡਾਕਟਰਾਂ ਵੱਲੋਂ ਇਹ ਰਿਪੋਰਟ ਆਉਣੀ ਸ਼ੁਰੂ ਹੋ ਗਈਆਂ ਸੀ ਕਿ ਫੇਰੂ ਮਨ ਸਾਹਿਬ ਦਾ ਕਿਸੇ ਵੀ ਸਮੇਂ ਸਾਹ ਰੁਕ ਸਕਦਾ, ਤਾਂ ਸੰਤ ਫਤਿਹ ਸਿੰਘ ਵੀ ਮਿਲਣ ਲਈ ਸੋਚਣ ਲੱਗ ਪਿਆ। ਫੇਰੂ ਮਨ ਸਾਹਿਬ 25, 26 ਅਤੇ 27 ਅਕਤੂਬਰ ਦੇ ਦਿਨਾਂ 'ਚ ਲੰਮੇ ਲੰਮੇ ਸਮੇਂ ਲਈ ਬੇਹੋਸ਼ ਹੋ ਜਾਂਦੇ ਸੀ, ਪਰ ਕਾਫ਼ੀ ਸਮਾਂ ਬੇਹੋਸ਼ ਰਹਿਣ ਉਪਰੰਤ ਅਚਾਨਕ ਹੀ ਫਿਰ ਸਾਹ ਆ ਜਾਂਦਾ ਸੀ। ਅਜਿਹੀਆਂ ਰਿਪੋਰਟਾਂ ਦੀ ਚਰਚਾ ਵਿੱਚ ਸੰਤ ਫਤਿਹ ਸਿੰਘ ਨੂੰ ਚਾਰੇ ਪਾਸਿਆਂ ਤੋਂ ਹੀ ਲਾਹਨਤਾਂ ਪੈਣ ਲੱਗ ਗਈਆਂ ਸੀ। ਅਖੀਰ ਨੂੰ ਜਦੋਂ ਲਾਹਨਤਾਂ ਜ਼ਿਆਦਾ ਪੈਣ ਲੱਗ ਪਈਆਂ, ਤਾਂ ਕਿਤੇ ਜਾ ਕੇ ਸੰਤ ਫਤਿਹ ਸਿੰਘ ਫੇਰੂ ਮਨ ਸਾਹਿਬ ਨੂੰ ਅੰਮ੍ਰਿਤਸਰ ਦੇ ਹਸਪਤਾਲ 'ਚ ਜਾ ਕੇ ਮਿਲਣ ਲਈ ਤਿਆਰ ਹੋਏ। ਇਹ 27 ਅਕਤੂਬਰ 1969 ਦੀ ਗੱਲ ਸੀ। ਇਹ ਫੇਰੂ ਮਨ ਸਾਹਿਬ ਦੇ ਮਨ ਵਰਤ ਦਾ ਅਖੀਰਲਾ ਅਤੇ 74ਵਾਂ ਦਿਨ ਸੀ। ਜਿਉਂ ਹੀ ਸੰਤ ਫਤਿਹ ਸਿੰਘ ਆਪਣੇ ਅਕਾਲੀ ਜਥੇਦਾਰਾਂ ਦੇ ਟੋਲੇ ਨਾਲ ਅੰਮ੍ਰਿਤਸਰ ਦੇ ਹਸਪਤਾਲਾਂ ਦਾਖਲ ਹੋਇਆ, ਤਾਂ ਅੱਗੋਂ ਮਿਲਣ ਵਾਲੇ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਕਿ ਫੇਰੂ ਮਨ ਸਾਹਿਬ ਤਾਂ ਸ਼ਹੀਦ ਹੋ ਚੁੱਕੇ, ਪਰ ਸੰਤ ਫਤਿਹ ਸਿੰਘ ਅਤੇ ਉਹਦਾ ਜਥੇਦਾਰ ਟੋਲਾ ਬਜਿੱਦ ਸੀ ਕਿ ਉਹਨਾਂ ਨੇ ਫੇਰੂ ਮਨ ਸਾਹਿਬ ਦੀ ਸ਼ਹੀਦੀ ਯਾਨੀ ਕਿ ਲਾਸ਼ ਉੱਪਰ ਫੁੱਲ ਜ਼ਰੂਰ ਰੱਖਣੇ। ਉਹਨਾਂ ਦੀ ਗੱਲਬਾਤ ਅਜੇ ਚੱਲ ਹੀ ਰਹੀ ਸੀ ਕਿ ਅਚਨਚੇ ਤੇ ਬਿਜਲੀ ਦਾ ਐਸਾ ਧਮਾਕਾ ਹੋਇਆ ਕਿ ਹਸਪਤਾਲ ਸਮੇਤ ਸਮੁੱਚੇ ਅੰਮ੍ਰਿਤਸਰ ਵਿੱਚ ਬਿਜਲੀ ਗੁੱਲ ਹੋ ਗਈ। ਇਹ ਬਹੁਤ ਸਮਾਂ ਗੁੱਲ ਹੀ ਰਹੀ। ਸਿੱਟੇ ਵਜੋਂ ਸੰਤ ਫਤਿਹ ਸਿੰਘ ਅਤੇ ਉਹਦਾ ਜਥੇਦਾਰ ਲਾਣਾ ਕਾਫ਼ੀ ਸਮਾਂ ਬਿਜਲੀ ਆਉਣ ਦੀ ਉਡੀਕ ਕਰਦਾ ਹੋਇਆ ਅਖੀਰ ਨੂੰ ਬਿਨਾਂ ਸ਼ਹੀਦੀ ਦਰਸ਼ਨਾਂ ਤੋਂ ਹੀ ਵਾਪਸ ਮੁੜਿਆ ਆ। ਅਗਲੇ ਦਿਨ 28 ਅਕਤੂਬਰ ਦੇ ਅਖਬਾਰਾਂ ਵਿੱਚ ਇਹ ਵੀ ਸੁਰਖੀਆਂ ਲੱਗੀਆਂ ਸੀ ਕਿ ਕੁਦਰਤ ਨੇ ਇਸ ਅਕਾਲੀ ਟੋਲੇ ਨੂੰ ਫੇਰੂ ਮਾਨ ਦੇ ਮੱਥੇ ਨਹੀਂ ਲੱਗਣ ਦਿੱਤਾ। ਫੇਰੂ ਮਾਨ ਸਾਹਿਬ ਦੀ ਸ਼ਹੀਦੀ ਨਾਲ ਅਕਾਲੀਆਂ ਦੇ ਅਤੇ ਸੰਤ ਫਤਿਹ ਸਿੰਘ ਦੇ ਸਿਰ 'ਚ 100 ਘੜਾ ਪਾਣੀ ਦਾ ਪੈ ਗਿਆ। ਇਸੇ ਗੱਲ ਤੋਂ ਸੰਤ ਫਤਿਹ ਸਿੰਘ ਡਰਦਾ ਸੀ ਕਿਉਂਕਿ ਸੰਤ ਫਤਿਹ ਸਿੰਘ ਦੇ ਸਾਹਮਣੇ ਸਿਆਸਤ ਸੀ। ਸਿਆਸਤ ਵਿੱਚ ਸਭ ਕਿਸਮ ਦਾ ਝੂਠ ਤੂਫਾਨ ਅਤੇ ਚੁਸਤ ਚਲਾਕੀ ਚੱਲ ਸਕਦੀ ਹੈ। ਇਸੇ ਸਿਆਸਤ ਨੂੰ ਹੀ ਸਾਹਮਣੇ ਰੱਖ ਕੇ ਸੰਤ ਫਤਿਹ ਸਿੰਘ ਨੇ 18 ਦਸੰਬਰ 1960 ਨੂੰ ਮਰਨ ਵਰਤ ਰੱਖਿਆ ਸੀ, ਜਦੋਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ ਅਤੇ ਮਾਸਟਰ ਤਾਰਾ ਸਿੰਘ ਪ੍ਰਧਾਨ ਸੰਤ ਫਤਿਹ ਸਿੰਘ ਦੇ ਇਸ ਮਰਨ ਵਰਤ ਦਾ ਨਿਸ਼ਾਨਾ ਮਾਸਟਰ ਤਾਰਾ ਸਿੰਘ ਸੀ। ਇਹ ਮਰਨ ਵਰਤ 9 ਜਨਵਰੀ 1961 ਨੂੰ ਖੋਲ੍ਹ ਦਿੱਤਾ ਗਿਆ ਸੀ। ਇਸ ਸਮੁੱਚੇ ਘਟਨਾਕ੍ਰਮ 'ਚ ਮਾਸਟਰ ਤਾਰਾ ਸਿੰਘ ਨੂੰ ਨੁਕਸਾਨ ਹੋਇਆ ਸੀ। ਅਸਲ 'ਚ ਸੰਤ ਫਤਿਹ ਸਿੰਘ ਦੇ ਇਸ ਮਰਨ ਵਰਤ ਨਾਲ ਮਾਸਟਰ ਤਾਰਾ ਸਿੰਘ ਦੇ ਪੈਰ ਹਿੱਲ ਗਏ ਸੀ। ਇਹ ਸਭ ਕੁਝ ਦੱਸਣ ਦਾ ਭਾਵ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ 'ਚ ਮਰਨ ਵਰਤ ਰੱਖਣ ਦੀ ਪਰੰਪਰਾ ਸੰਤ ਫਤਿਹ ਸਿੰਘ ਨੇ ਹੀ ਤੋਰੀ ਸੀ। ਮਾਸਟਰ ਤਾਰਾ ਸਿੰਘ ਤਾਂ ਇਸ ਤੋਰੀ ਹੋਈ ਪਰੰਪਰਾ 'ਚ ਫਸ ਗਿਆ ਸੀ। ਉਹ ਭੋਲਾ ਪੰਛੀ ਸੀ, ਸੰਤ ਨੇ ਉਸ ਨੂੰ ਫਸਾ ਲਿਆ ਸੀ। ਇਸੇ ਮਨ ਵਰਤ ਰੱਖਣ ਦੀ ਪਰੰਪਰਾ ਵਿੱਚੋਂ ਹੀ ਮਾਸਟਰ ਨੇ ਆਪਣੀ ਪ੍ਰਧਾਨਗੀ ਗਵਾ ਲਈ। ਹੁਣ ਜਦੋਂ ਸਰਦਾਰ ਫੇਰੂ ਮਾਨ ਨੇ ਆਪਣਾ ਮਨ ਵਰਤ 15 ਅਗਸਤ 1969 ਨੂੰ ਰੱਖਿਆ ਸੀ, ਤਾਂ ਇਸ ਮਨ ਵਰਤ ਲਈ ਸੰਤ ਫਤਿਹ ਸਿੰਘ ਨੇ ਜ਼ਬਰਦਸਤ ਵਿਰੋਧਤਾ ਕੀਤੀ ਸੀ। ਸੰਤ ਫਤਿਹ ਸਿੰਘ ਦੇ ਅਕਾਲੀਆਂ ਨੇ 1969 ਦਾ ਸਾਰਾ ਮਹੀਨਾ ਫੇਰੂ ਮਨ ਦੇ ਖਿਲਾਫ਼ ਪ੍ਰਾਪੇ ਗੰਡਾ ਕਰਨ ਕੀਤਾ। ਇਹਨਾਂ ਨੇ ਮਤਲਬ ਕਿ ਪੂਰਾ ਮਹੀਨਾ ਕਿ ਉਹ ਮਨੁੱਖੀ ਕਦਰਾਂ ਕੀਮਤਾਂ ਦੇ ਸਭ ਨਿਯਮ ਭੁੱਲ ਗਏ ਸੀ। ਇਹ ਵਿਰੋਧ ਤਾਂ ਇਸੇ ਕਰਕੇ ਕੀਤੀ ਗਈ ਸੀ ਕਿਉਂਕਿ ਸੰਤ ਫਤਿਹ ਸਿੰਘ ਨੂੰ ਇਸ ਵਿੱਚੋਂ ਸਿਆਸਤ ਹੀ ਦਿਖਦੀ ਸੀ, ਕਿਉਂਕਿ ਇਸੇ ਸਿਆਸਤ ਨਾਲ ਉਹਨੇ ਆਪਣਾ ਪਹਿਲਾ ਵਰਤ ਰੱਖਿਆ ਸੀ। ਪਰ ਸੰਤ ਫਤਿਹ ਸਿੰਘ ਦੇ ਅਕਾਲੀਆਂ ਦੀ ਸਾਰੀ ਵਿਰੋਧ ਤਾਂ ਉਸ ਸਮੇਂ ਮੂੰਹ ਦੀ ਝੱਗ ਵਾਂਗ ਬਹਿ ਗਈ ਜਦੋਂ ਫੇਰੂ ਮਨ ਸਾਹਿਬ ਸਭ ਮੁਸ਼ਕਲਾਂ ਨੂੰ ਝੱਲਦੇ ਹੋਏ ਹੰਢਾਉਂਦੇ ਹੋਏ ਅਕਤੂਬਰ ਦੇ ਮਹੀਨੇ 'ਚ ਦਾਖਲ ਹੋ ਗਏ ਸੀ। ਇਸ ਮਹੀਨੇ 'ਚ ਸਾਰੀ ਗੱਲ ਸਪਸ਼ਟ ਹੋ ਗਈ ਸੀ ਕਿ ਫੇਰੂ ਮਨ ਸਾਹਿਬ ਆਪਣੇ ਇਰਾਦੇ 'ਚ ਕਿੰਨੇ ਪੱਕੇ ਸੀ।
15 ਅਕਤੂਬਰ ਤੋਂ ਪਿੱਛੋਂ ਅਕਾਲੀਆਂ ਦੀ ਬਿਲਕੁਲ ਹੀ ਮਾਂ ਮਰ ਗਈ ਸੀ। ਸੰਤ ਬਰੇ ਸਿੰਘ ਦੇ ਖਿਲਾਫ ਆਵਾਜ਼ਾਂ ਉੱਠਣ ਲੱਗ ਪਈਆਂ ਸੀ। ਅਖੀਰ ਫੇਰੂਮਨ ਸਾਹਿਬ ਦੀ 27 ਅਕਤੂਬਰ ਨੂੰ ਦਿਨ ਦੇ 3:30 ਵਜੇ ਸ਼ਹਾਦਤ ਹੋ ਗਈ ਸੀ। ਇਸ ਸ਼ਹਾਦਤ ਨੇ ਸੰਤ ਬਰੇ ਸਿੰਘ ਲਈ ਇੱਕ ਬਹੁਤ ਵੱਡਾ ਡਰ ਪੈਦਾ ਕਰਤਾ ਸੀ। ਇਸ ਡਰ ਦੇ ਹੀ ਇੱਕ ਨਹੀਂ ਸਗੋਂ ਅਨੇਕਾਂ ਕਾਰਨ ਸਨ। ਫੇਰੂਮਨ ਸਾਹਿਬ ਦੀ ਸ਼ਹਾਦਤ ਨਾਲ ਹੁਣ ਜਾਂ ਤਾਂ ਸੰਤ ਫਤਿਹ ਸਿੰਘ ਨੂੰ ਉਹਨਾਂ ਅਗਨ ਕੁੰਡਾਂ 'ਚ ਸੜਨਾ ਪੈਣਾ ਸੀ ਜਿਹੜੇ ਉਹਨੇ ਅਕਾਲ ਤਖ਼ਤ ਸਾਹਿਬ ਦੇ ਨਾਲ ਲਗਵੀਂ ਇਮਾਰਤ ਉੱਪਰ ਆਪਣੇ ਸੜਨ ਲਈ 27 ਅਕਤੂਬਰ 1966 ਤੱਕ ਬਣਵਾ ਲਏ ਸਨ, ਅਤੇ ਜਾਂ ਫਿਰ ਅਕਾਲੀ ਦਲ ਦੀ ਪ੍ਰਧਾਨਗੀ ਛੱਡਣੀ ਪੈਣੀ ਸੀ। ਫੇਰੂਮਨ ਸਾਹਿਬ ਨੇ ਆਪਣਾ ਮਨਪਤ ਸ਼ੁਰੂ ਕਰਨ ਤੋਂ ਪਹਿਲਾਂ 1 ਅਗਸਤ 1969 ਨੂੰ ਆਪਣਾ ਜੋ ਬਿਆਨ ਦਿੱਤਾ ਸੀ ਉਹਦੇ ਵਿੱਚ ਇਹ ਗੱਲਾਂ ਦਰਜ ਸਨ ਕਿ ਮੇਰੇ ਮਰਨ ਤੋਂ ਪਿੱਛੋਂ ਮੇਰੇ ਸਰੀਰ ਨੂੰ ਸੰਤ ਫਤਿਹ ਸਿੰਘ ਦੇ ਨਾਮ ਹੇਠਾਂ ਬਣਾਏ ਗਏ ਅਗਨ ਕੁੰਡਾਂ 'ਚ ਰੱਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪਹੁੰਚਾ ਦਿੱਤੀਆਂ ਜਾਣ। ਇਹਨਾਂ ਸ਼ਬਦਾਂ ਦੀ ਰੋਸ਼ਨੀ 'ਚ ਹੁਣ ਸੰਤ ਫਤਿਹ ਸਿੰਘ ਨੂੰ ਸੱਚਮੁੱਚ ਹੀ ਇਹਨਾਂ ਅਗਨ ਕੁੰਡਾਂ 'ਚ ਸਾੜਨਾ ਹੀ ਪੈਣਾ ਸੀ ਅਤੇ ਫੇਰੂਮਨ ਸਾਹਿਬ ਦੀ ਸ਼ਹੀਦੀ ਲਾਸ਼ ਨੂੰ ਵੀ ਇਹਨਾਂ 'ਚ ਰੱਖ ਕੇ ਸਾੜਨਾ ਪੈਣਾ ਸੀ। ਇਹ ਸੋਚ ਕੇ ਸੰਤ ਫਤਿਹ ਸਿੰਘ ਦੀਆਂ ਅੱਖਾਂ 'ਚ ਹਨੇਰਾ ਛਾ ਗਿਆ ਸੀ। ਪੰਜਾਬ 'ਚ ਅਕਾਲੀਆਂ ਦੀ ਉਹ ਸਰਕਾਰ ਸੀ, ਸਰਦਾਰ ਗੁਰਨਾਮ ਸਿੰਘ ਮੁੱਖ ਮੰਤਰੀ ਸੀ, ਤਾਂ ਉਹ ਸਭ ਕੁਝ ਜਾਣਦੇ ਰਹੇ ਸਮਝਦੇ ਸੀ। ਉਹਦੇ ਪਾਸ CID ਦੀਆਂ ਰਿਪੋਰਟਾਂ ਸੀ ਕਿ ਸੰਤ ਫਤਿਹ ਸਿੰਘ ਨੇ ਉਹਦੇ ਜੀਵਨ ਸਿੰਘ ਉਮਰਾ ਨੰਗਲ ਵਰਗੇ ਲੱਠਮਾਰ ਜਥੇਦਾਰਾਂ ਨੇ ਗੁੰਡੇ ਦੇ ਬਦਮਾਸ਼ਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇੰਨੀ ਵੱਡੀ ਗਿਣਤੀ 'ਚ ਇਕੱਠੇ ਕਰ ਲਿਆ ਸੀ ਕਿ ਫੇਰੂਮਨ ਸਾਹਿਬ ਦੇ ਸ਼ਹੀਦੀ ਸਰੀਰ ਨੂੰ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਜਾਣ ਸਮੇਂ ਬਹੁਤ ਵੱਡੀ ਕਤਲੋਗਾਰਤ ਹੋਣੀ ਸੀ। ਸਰਦਾਰ ਗੁਰਨਾਮ ਸਿੰਘ ਬਹੁਤ ਬੁਰੀ ਕੜਿੱਕੀ 'ਚ ਫਸਿਆ ਬੈਠਾ ਸੀ। ਇਹ ਕਤਲੋਗਾਰਤ ਵੀ ਸੰਤ ਫਤਿਹ ਸਿੰਘ ਦਾ ਤਾਂ ਜੋ ਨੁਕਸਾਨ ਹੋਣਾ ਸੀ ਉਹ ਤਾਂ ਪਿੱਛੇ ਹੋਣਾ ਹੀ ਸੀ, ਪਰ ਪਹਿਲਾ ਨੁਕਸਾਨ ਸਰਦਾਰ ਗੁਰਨਾਮ ਸਿੰਘ ਦਾ ਹੋਣਾ ਸੀ ਮੁੱਖ ਮੰਤਰੀ ਦਾ। ਸੰਤ ਫਤਿਹ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਬੈਠਾ ਗੁਰਨਾਮ ਸਿੰਘ ਨੂੰ ਸਖ਼ਤ ਤੋਂ ਸਖ਼ਤ ਸੁਨੇਹੇ ਭੇਜ ਰਿਹਾ ਸੀ ਕਿ ਕਿਸੇ ਵੀ ਸੂਰਤ 'ਚ ਫੇਰੂਮਾਨ ਦੀ ਅਰਥੀ ਨੂੰ ਅੰਦਰ ਨਾ ਲੈ ਕੇ ਆਇਆ ਜਾਵੇ। ਫੇਰੂਮਾਨ ਸਾਹਿਬ ਦੀ ਅਰਥੀ ਦੇ ਨਾਲ ਬੇਸ਼ੁਮਾਰ ਲੋਕ ਇਸ ਗੱਲ ਉੱਪਰ ਜ਼ਿੱਦ ਕਰਕੇ ਖੜ੍ਹੇ ਸੀ, ਅੜੇ ਖੜ੍ਹੇ ਸੀ ਕਿ ਉਹਨਾਂ ਨੇ ਫੇਰੂਮਾਨ ਸਾਹਿਬ ਦੇ ਬਿਆਨ ਮੁਤਾਬਕ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਬਣੇ ਅਗਨ ਕੁੰਡਾਂ ਮਾ ਸਾੜਨਾ ਸਰੀਰ ਇਹਨਾਂ ਦਾ, ਪਰ ਪੁਲਿਸ ਫੋਰਸ ਅੰਦਰ ਜਾਣ ਤੋਂ ਰੋਕ ਰਹੀ ਸੀ। ਇਸ ਰੋਕ ਰਕਾਈ ਵਿੱਚ 1-2 ਵਾਰ ਫੇਰੂਮਨ ਸਾਹਿਬ ਦੀ ਅਰਥੀ ਥੱਲੇ ਵੀ ਡਿੱਗੀ, ਕਹਿੰਦੇ ਪੁਲਿਸ ਵੀ ਫਸੀ ਖੜ੍ਹੀ ਸੀ। ਜਦ ਅਰਥੀ ਡਿੱਗਦੀ ਸੀ ਤਾਂ ਵਿਚਾਰੇ ਪੁਲਿਸ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ। ਬਾਹਰੋਂ ਲੋਕ ਜ਼ੋਰ ਪਾ ਰਹੇ ਸਨ ਅਤੇ ਅੰਦਰੋਂ ਸੰਤ ਟੋਲਾ ਜ਼ੋਰ ਪਾ ਰਿਹਾ ਸੀ ਵੀ ਅੰਦਰ ਨਹੀਂ ਆਉਣਾ ਚਾਹੀਦਾ, ਪੰਥ ਅਤੇ ਗੁਰੂ ਦੇ ਨਾਂ ਉੱਤੋਂ ਦੀ ਜਾਨ ਬਾਲ ਦੇਣ ਵਾਲਾ ਸ਼ਹੀਦ ਆਪਣੀ ਕੌਮ ਦੀ ਕਿਸਮਤ ਨੂੰ ਹੰਢਾ ਰਿਹਾ ਸੀ। ਫੇਰੂਮਨ ਸਾਹਿਬ ਦੀ ਅਰਥੀ ਨਾਲ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਨ। ਸਰਦਾਰ ਗੁਰਨਾਮ ਸਿੰਘ ਮੁੱਖ ਮੰਤਰੀ ਨੇ ਆਪਣੇ ਅਧਿਕਾਰੀ ਭੇਜ ਕੇ ਇਹਨਾਂ ਨੂੰ ਹੀ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਘੱਟੋ ਘੱਟ ਤੁਸੀਂ ਹੀ ਇਹਨੂੰ ਇਸ ਸਥਿਤੀ ਨੂੰ ਸਮਝ ਲਓ, ਜੇਕਰ ਲੋਕਾਂ ਦਾ ਖੂਨ ਹੋੜਨ ਤੋਂ ਬਚਾਉਣਾ ਹੈ ਤਾਂ ਉਹੀ ਫੇਰੂਮਨ ਸਾਹਿਬ ਦੀ ਅਰਥੀ ਨੂੰ ਅੰਦਰ ਲੈ ਕੇ ਜਾਣ ਦੀ ਜ਼ਿੱਦ ਛੱਡ ਦੇਣ। ਉਹ ਲੋਕ ਸਮਝ ਗਏ ਸਨ, ਆਖਿਰ ਲੋਕਾਂ ਨੇ ਮੁੱਖ ਮੰਤਰੀ ਦੀ ਮਜਬੂਰੀ ਉੱਪਰ ਤਰਸ ਕਰਕੇ ਫੇਰੂਮਨ ਸਾਹਿਬ ਨੂੰ ਉਹਦੇ ਆਪਣੇ ਪਿੰਡ ਫੇਰੂਮਨ ਵਿਖੇ ਹੀ ਫਿਰ ਉਹਦਾ ਅੰਤਮ ਸੰਸਕਾਰ ਕਰਨ ਦੀ ਗੱਲ ਮੰਨੀ, ਤਾਂ ਸਿੱਟੇ ਵਜੋਂ ਫੇਰੂਮਨ ਸਾਹਿਬ ਨੂੰ ਪਿੰਡ ਫੇਰੂਮਨ ਲਿਜਾ ਕੇ ਸੰਸਕਾਰਿਆ ਗਿਆ। ਲੋਕਾਂ ਦਾ ਅਥਾਹ ਇਕੱਠ ਸੀ, ਪਰ ਉੱਥੇ ਸਰਕਾਰ ਚਲਾ ਰਹੀ ਪਾਰਟੀ ਦੀ ਜਥੇਦਾਰ ਚੁੰਡਲੀ ਦਾ ਇੱਕ ਵੀ ਜਥੇਦਾਰ ਨਹੀਂ ਸੀ ਪਹੁੰਚਿਆ। ਮੁੱਖ ਮੰਤਰੀ ਗੁਰਨਾਮ ਸਿੰਘ ਉਹਨਾਂ ਦੇ ਕੁਝ ਮੰਤਰੀ ਸਾਥੀ ਹੋਰ ਜ਼ਰੂਰ ਸਨ, ਪਰ ਉਹ ਲੋਕਾਂ ਦੀ ਅਥਾਹ ਭੀੜ ਵਿੱਚ ਘਿਰੇ ਖੜ੍ਹੇ ਸੀ। ਸ਼ਾਮ ਦੀਆਂ ਕਰਸੋਆਂ 'ਚ ਪਤਾ ਲੱਗ ਰਿਹਾ ਸੀ ਕਿ ਇਸ ਦਿਨ ਸੰਤ ਫਤਿਹ ਸਿੰਘ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਸੀ। ਤਾਂ ਦੋਸਤੋ, ਇੱਕ ਜ਼ਰੂਰੀ ਵਿਚਾਰ ਜਿਹੜੀ ਲਿਖੀ ਹੈ ਗੁਰਦਿਆਲ ਸਿੰਘ ਨੇ ਉਹ ਇਹ ਹੈ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਸ਼ਹਾਦਤ ਦੇ ਨਾਲ ਨਾਲ ਇੱਕ ਵਸੀਅਤ ਦਾ ਵੀ ਜ਼ਿਕਰ ਆਉਂਦਾ। ਉਹ ਕਹਿੰਦੇ, ਮੈਂ ਬੜੀ ਕੋਸ਼ਿਸ਼ ਕੀਤੀ ਕਿ ਫੇਰੂਮਾਨ ਸਾਹਿਬ ਦੀ ਵਸੀਅਤ ਖਰੜੇ ਦੇ ਰੂਪ 'ਚ ਜਾਂ ਫਿਰ ਆਪਣੇ ਅਸਲੀ ਰੂਪ 'ਚ ਕਿਤੋਂ ਮਿਲ ਜਾਵੇ, ਪਰ ਨਹੀਂ ਮਿਲ ਸਕੀ। ਅਖੀਰ ਜੇਕਰ ਕਿਸੇ ਪੁਸਤਕ ਵਿੱਚੋਂ ਇਹ ਵਸੀਅਤ ਮਿਲਦੀ ਹੈ ਤਾਂ ਸਿਰਫ ਕਪੂਰ ਸਿੰਘ ਦੀ ਜਿਹੜੀ ਪੁਸਤਕ ਹੈ ਸਾਚੀ ਸਾਖੀ,
ਹੈ ਜੀ, ਉਹਦੇ ਵਿੱਚ ਮਿਲਦੀ ਹੈ 250 ਤੇ 51 ਪੰਨੇ ਉੱਤੇ। ਇਹ ਉਸ ਪੁਸਤਕ ਦੀ ਅੰਤਕਾ ਨੌਚ ਦਰਜ ਹੈ, ਪਰ ਇਹ ਵਸੀਅਤ ਅਸਲੀ ਨਹੀਂ, ਸਗੋਂ ਕਪੂਰ ਸਿੰਘ ਦੀ ਅਦਲ ਬਦਲ ਕੀਤੀ ਹੋਈ ਹੈ। ਇਹਦੇ ਵਿੱਚ ਕਿਤੇ ਵੀ ਚੰਡੀਗੜ੍ਹ ਨੂੰ ਪ੍ਰਾਪਤ ਕਰਨ ਦੀ ਗੱਲ ਨਹੀਂ ਲਿਖੀ ਗਈ ਅਤੇ ਨਾ ਹੀ ਪੰਜਾਬੀ ਸੂਬੇ ਦੇ ਉਹਨਾਂ ਮੁੱਦਿਆਂ ਬਾਰੇ ਕੋਈ ਗੱਲ ਕੀਤੀ ਗਈ ਜਿਨ੍ਹਾਂ ਨੂੰ ਪੂਰਾ ਕਰਵਾਉਣ ਲਈ ਫੇਰੂ ਮੰਡ ਸਾਹਿਬ ਦੇ ਮਨਬੱਧ ਰੱਖਿਆ ਸੀ। ਇਹਦੇ ਮੈਂ ਸਿਰਫ ਸਿੱਖ ਹੋਮਲੈਂਡ ਦੀ ਪੂਰਤੀ ਲਈ ਅਤੇ ਸੰਪੂਰਨ ਪੰਜਾਬ ਲਈ ਹੀ ਲਿਖਿਆ ਗਿਆ, ਜਦੋਂ ਕਿ ਉਸ ਸਮੇਂ ਸਿੱਖ ਹੋਮਲੈਂਡ ਦੀ ਕੋਈ ਵੀ ਗੱਲ ਫੇਰੂ ਮੰਡ ਨੇ ਕੀਤੀ ਉਹ ਨਹੀਂ ਸੀ। 15 ਅਗਸਤ 1969 ਮਨਬੱਤ ਦੇ ਪਹਿਲੇ ਦਿਨ ਤੋਂ ਲੈ ਕੇ 27 ਅਕਤੂਬਰ 1969 ਤੱਕ ਅਖਬਾਰਾਂ ਵਿੱਚ ਇੱਕ ਵਾਰ ਵੀ ਬਿਆਨ ਫੇਰੂ ਮਾਨ ਸਾਹਿਬ ਦਾ ਐਸਾ ਨਹੀਂ ਆਇਆ ਸੀ ਜਿਹਦੇ 'ਚ ਉਹਨਾਂ ਨੇ ਸਿੱਖ ਹੋਮਲੈਂਡ ਦੀ ਗੱਲ ਕਹੀ ਹੋਵੇ। ਇਹ ਸਰਾਸਰ ਕਪੂਰ ਸਿੰਘ ਦੀ ਮਿਲਾਵਟ ਹੈ, ਇਹ ਵਸੀਅਤ ਅਸਲੀ ਨਹੀਂ। ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ, ਇੱਦਾਂ ਹੋਈ ਸੀ ਸ਼ਹਾਦਤ ਫੇਰੂ ਮਾਨ ਦੀ। ਹੈਂਜੀ, ਸੋ ਅਕਾਲੀ ਪਹਿਲਾਂ ਵੀ ਚਲਾਕੀਆਂ ਕਰਦੇ ਸੀਗੇ, ਮੈਂ ਕੋਈ ਸ਼ੱਕ ਨਹੀਂ ਹੈ, ਸੋ ਅੱਜ ਵੀ ਕਰਦੇ ਹਾਂ। ਸੰਭਲਣਾ ਚਾਹੀਦਾ ਇਹਨਾਂ ਨੂੰ, ਅੱਜ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ। ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ, ਮਿਲਦੇ ਹਾਂ ਅਗਲੀ ਵੀਡੀਓ ਮੈਂ ਦੇਵ ਆ ਗਿਆ। ਸਤਿ ਸ਼੍ਰੀ ਅਕਾਲ।